ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਆ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਅੱਜ 23 ਜਨਵਰੀ ਦਿਨ ਸੋਮਵਾਰ ਅਤੇ ਸਾਡੇ ਸਵੇਰ ਦੇ ਖਬਰ ਅਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡੀ ਪੰਜਾਬੀ ਰੇਡੀਓ USA ਦੀ ਮਦਦ ਕੀਤੀ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਰਜਿੰਦਰ ਚੌਹਾਨ ਜੱਸੀ ਗਿੱਲ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੇਲਾ ਆਰਨੋ ਐਕਸਪ੍ਰੈਸ ਵਾਲੇ ਅਤੇ ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-9600 ਦੇ ਉੱਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਵੀ ਆਖਿਰਕਾਰ ਜਲੀਕੱਟੂ ਨੂੰ ਮਿਲ ਹੀ ਗਈ ਕਾਨੂੰਨੀ ਮਾਨਤਾ ਹਾਂਜੀ ਜਲੀਕੱਟੂ ਕਾਹਦੀ ਅੱਜ ਤੇ ਬਲੀਕੱਟੂ ਬਣ ਗਈ ਆ ਕਾਫੀ ਕੁਛ ਹੋਇਆ ਉੱਥੇ ਤਾਮਿਲਨਾਡੂ ਦੇ ਵਿੱਚ ਖਾਸ ਤੌਰ ਤੇ ਉਹ ਮੈਰੀਨਾ ਬੀਚ ਤੇ ਜਿੱਥੇ ਜੁੜੇ ਹੋਏ ਸਨ ਲੋਕ ਉੱਥੇ ਅੱਜ ਹਿੰਸਕ ਪ੍ਰਦਰਸ਼ਨ ਹੋਇਆ ਲੋਕ ਰੋਹ ਦੇ ਵਿੱਚ ਆ ਗਏ ਲੋਕ ਹਿੰਸਕ ਹੋ ਗਏ ਸਭ ਕੁਛ ਹੈ ਜਿਹੜਾ ਉਹ ਪੁਲਿਸ ਨੇ ਪਹਿਲਾਂ ਸ਼ੁਰੂ ਕੀਤਾ ਉਸਨੇ ਉਹ ਕਿਉਂਕਿ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜੁੜ ਗਏ ਸਨ ਪੁਲਿਸ ਨੂੰ ਜਾਪਿਆ ਕਿ ਕਿਤੇ ਕੰਮ ਪੁੱਠਾ ਨਾ ਹੋ ਜਾਵੇ ਕੋਈ ਇਹਨਾਂ ਨੇ ਖਦੇੜਨੇ ਸ਼ੁਰੂ ਕਰ ਦਿੱਤੇ ਜਦਕਿ ਲੋਕ ਇਸ ਗੱਲ 'ਤੇ ਅੜੇ ਹੋਏ ਸਨ ਕਿ ਸਾਨੂੰ ਬਿੱਲ ਦੀ ਕਾਪੀ ਹੈ ਜਿਹੜੀ ਲਿਆ ਕੇ ਦਿਓ ਜੋ ਵਿਧਾਨ ਸਭਾ ਦੇ ਵਿੱਚ ਪਾਸ ਕਰਨਾ ਹੈ ਅਤੇ ਉਹ ਕਾਪੀ ਜਦੋਂ ਸਾਨੂੰ ਮਿਲੇਗੀ ਅਸੀਂ ਉਦੋਂ ਇੱਥੋਂ ਉੱਠਾਂਗੇ ਪੁਲਿਸ ਵਾਲਿਆਂ ਨੇ ਫਿਰ ਆਪਣਾ ਜਿਹੜਾ ਬਲ ਪ੍ਰਯੋਗ ਆ ਉਹ ਕਰਨਾ ਸ਼ੁਰੂ ਕਰ ਦਿੱਤਾ ਜਿੱਥੋਂ ਗੱਲ ਵਿਗੜਦੀ ਇੱਥੋਂ ਤੱਕ ਵਿਗੜ ਗਈ ਕਿ ਥਾਣੇ ਨੂੰ ਅੱਗ ਲਾ ਦਿੱਤੀ ਗਈ 22 ਪੁਲਿਸ ਵਾਲੇ ਜ਼ਖਮੀ ਹੋਏ ਆ 15 ਮੋਟਰਸਾਈਕਲ ਖੜ੍ਹੇ ਸਨ ਥਾਣੇ ਦੇ ਅੱਗੇ ਉਹ ਸਾੜ ਦਿੱਤੇ ਗਏ ਇਸੇ ਤਰ੍ਹਾਂ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੇ ਵਿੱਚ ਵੀ ਦਰਜਨਾਂ ਪ੍ਰਦਰਸ਼ਨਕਾਰੀ ਆ ਜਿਹੜੇ ਜ਼ਖਮੀ ਹੋ ਗਏ ਅੰਤ ਇਹ ਸਿੱਟਾ ਨਿਕਲਿਆ ਕਿ ਸ਼ਾਮ ਹੁੰਦਿਆਂ ਤੱਕ ਇਹਨਾਂ ਨੇ ਉੱਥੇ ਵਿਸ਼ੇਸ਼ ਇਜਲਾਸ ਸੱਦਿਆ ਆਪਣੀ ਅਸੈਂਬਲੀ ਦੇ ਵਿੱਚ ਅਤੇ ਇਸ ਜਲੀਕੱਟੂ ਖੇਡ ਨੂੰ ਕਾਨੂੰਨੀ ਮਾਨਤਾ ਦੇਣ ਲਈ ਇਹਨਾਂ ਨੇ ਫਿਰ ਉੱਥੇ ਬਿੱਲ ਪਾਸ ਕਰ ਦਿੱਤਾ ਯਾਨੀ ਕਾਨੂੰਨ ਬਣਾ ਦਿੱਤਾ ਹੁਣ ਇਸ ਖੇਡ ਨੂੰ ਪੱਕੇ ਤੌਰ 'ਤੇ ਕਹਿ ਸਕਦੇ ਹਾਂ ਕਿ ਮਨਜ਼ੂਰੀ ਮਿਲ ਗਈ ਆ ਕਿਉਂਕਿ ਅੱਗੇ ਜਿਹੜਾ ਆਰਡੀਨੈਂਸ ਲਿਆਂਦਾ ਸੀ ਉਹ ਆਰਡੀਨੈਂਸ ਇਹ ਹੁੰਦਾ ਕਿ 6 ਮਹੀਨਿਆਂ ਬਾਅਦ ਆਰਡੀਨੈਂਸ ਹੈ ਜਿਹੜਾ ਉਹ ਖਤਮ ਹੋ ਜਾਂਦਾ ਉਹਦੀ ਮਿਆਦ 6 ਮਹੀਨੇ ਤੱਕ ਹੁੰਦੀ ਹੈ ਲੋਕਾਂ ਦੇ ਵਿੱਚ ਇਹ ਸੰਦੇਸ਼ ਗਿਆ ਕਿ ਇਹਨਾਂ ਨੇ ਸਾਨੂੰ ਵਕਤੀ ਤੌਰ 'ਤੇ ਰਾਹਤ ਦਿੱਤੀ ਹੈ ਸਾਨੂੰ ਇੱਥੋਂ ਇਕੱਠੇ ਹੋਏ ਨੂੰ ਵੇਖ ਕੇ ਇਹਨਾਂ ਨੇ ਇੱਕ ਵਾਰੀ ਇੱਥੋਂ ਖਦੇੜਨ ਲਈ ਸਾਨੂੰ ਇਹ ਸਾਰੀ ਯੋਜਨਾ ਲਿਆਂਦੀ ਅਮਲ 'ਚ ਕਿ ਇੱਕ ਵਾਰੀ ਇਜਾਜ਼ਤ ਦੇ ਦਿਓ ਅਤੇ ਮੁੜ ਕੇ ਫਿਰ ਉਸੇ ਤਰ੍ਹਾਂ ਪਾਬੰਦੀ ਐਦ ਕਰ ਦਿੱਤੀ ਜਾਏਗੀ ਲੋਕਾਂ ਨੇ ਜਦੋਂ ਇਹ ਆਪਣੀ ਮੰਗ ਫੜੀ ਰੱਖੀ ਕਿ ਸਾਨੂੰ ਅਸਥਾਈ ਨਹੀਂ ਸਾਨੂੰ ਸਥਾਈ ਇਹਦਾ ਹੱਲ ਕਰਕੇ ਦਿਓ ਅਤੇ ਫਿਰ ਅੱਜ ਪਨੀਰ ਸੈਲਵਮ ਨੇ ਬਜਟ ਇਜਲਾਸ ਹੈ ਜਿਹੜਾ ਵਿਸ਼ੇਸ਼ ਇਜਲਾਸ ਹੈ ਜਿਹੜਾ ਉਹ ਸੱਦ ਕੇ ਇਸ ਜਲੀਕੱਟੂ ਦੇ ਨਾਲ ਜਿਹੜਾ ਬਿੱਲ ਸੀਗਾ ਜੁੜਿਆ ਉਹਨੂੰ ਪਾਸ ਕਰਕੇ ਪ੍ਰਵਾਨ ਕਰਕੇ ਕਾਨੂੰਨੀ ਰੂਪ ਦੇ ਦਿੱਤਾ ਯਾਨੀ ਤਾਮਿਲਨਾਡੂ ਦੇ ਲੋਕਾਂ ਦੀ ਇਹ ਜਿੱਤ ਹੋਈ ਆ ਕੁੱਲ ਮਿਲਾ ਕੇ ਜੇ ਜਲੀਕੱਟੂ ਦੀ ਅੱਜ ਖੇਡ ਹੋਈ ਆ ਬਾਕੀ ਜਿਹੜੇ ਜ਼ਖਮੀ ਹੋਏ ਉਹ ਤੋਂ ਹੋਏ ਉਹ ਜੋ ਹੋਏ ਸੋ ਹੋਏ ਅੱਜ ਜਦੋਂ ਇਹ ਖੇਡ ਸ਼ੁਰੂ ਹੋਈ 3 ਬੰਦੇ ਹੋਰ ਮਰ ਗਏ ਆ ਖੇਡ ਸ਼ੁਰੂ ਹੁੰਦੇ ਆ ਸਾਰੇ ਸੋ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੈ ਜਿਹੜਾ ਤਾਮਿਲਨਾਡੂ ਦੇ ਵਿੱਚ ਹੋਇਆ ਪਰ ਬਾਵਜੂਦ ਇਸ ਦੇ ਉਹ ਆਪਣੀ ਜਿੱਦ ਪਗਾਉਣ 'ਚ ਹਿੰਡ ਪਗਾਉਣ 'ਚ ਲੋਕ ਕਾਮਯਾਬ ਰਹੇ ਆ ਇਸੇ ਤਰ੍ਹਾਂ ਦੀਆਂ ਜਿੱਤਾਂ ਜਿਹੜੀਆਂ ਕਈ ਵਾਰ ਭੁਲੇਖਾ ਪਾ ਜਾਂਦੀਆਂ ਭੁਲੇਖਾ ਸਿਰਜ ਜਾਂਦੀਆਂ ਕਿ ਕਈ ਵਾਰ ਲੋਕਤੰਤਰ ਹੈ ਜਿਹੜਾ ਉਹ ਭੀੜ ਤੰਤਰ ਉੱਥੋਂ ਮਾਰ ਵੀ ਖਾ ਜਾਂਦਾ ਮਾਤ ਵੀ ਖਾ ਜਾਂਦਾ ਜੀ 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 ਮਿੰਟੂ ਜੀ ਅਗਲੀ ਗੱਲ ਕਰੀਏ ਵੀ CBI ਦੇ ਸਾਬਕਾ ਡਾਇਰੈਕਟਰ ਦੀ ਹੀ ਜਾਂਚ ਕਰੇਗੀ CBI ਇਹ ਇਤਿਹਾਸ 'ਚ ਮੇਰੇ ਖਿਆਲ ਦੇ ਨਾਲ ਪਹਿਲਾ ਮਾਮਲਾ ਹੋਣਾ 47 ਤੋਂ ਬਾਅਦ ਕਿ CBI ਦੇ ਸਾਬਕਾ ਡਾਇਰੈਕਟਰ ਦੀ ਜਾਂਚ CBI ਦੇ ਹਵਾਲੇ ਕੀਤੀ ਅਤੇ ਕੀਤੀ ਵੀ ਕਿੰਨੇ ਆ ਸੁਪਰੀਮ ਕੋਰਟ ਨੇ ਇਹ ਰਣਜੀਤ ਸਿਨਹਾ ਹੁੰਦਾ ਸੀਗਾ CBI ਦਾ ਮੁਖੀ ਇਹ UPA 2 ਸੀ ਨਾ ਜਿਹੜੀ ਸਰਕਾਰ ਮਨਮੋਹਨ ਸਿੰਘ ਦੀ ਦੂਜੇ ਟਰਮ ਵਾਲੀ ਸਰਕਾਰ ਸੀ ਜਿਹੜੀ ਉਹਦੇ ਅੰਤਲੇ ਪੜਾਅ ਜਿਹੇ 'ਚ ਆਇਆ ਸੀਗਾ ਰਣਜੀਤ ਸਿਨਹਾ ਰਣਜੀਤ ਸਿਨਹਾ ਕੋਲ ਘੁਟਾਲਾ ਜਿਹੜਾ ਹੋਇਆ ਸੀ ਭਾਰਤ ਦੇ ਵਿੱਚ ਜਦੋਂ ਕੋਲੇ ਦੀ ਕਾਲਖ ਉੱਡੀ ਅਤੇ ਕਈਆਂ ਦੇ ਮੂੰਹ ਕਾਲੇ ਕਰ ਗਈ ਇੱਕ ਰਣਜੀਤ ਸਿਨਹਾ ਸੀ ਜਿਹਦੇ ਇਹ ਮੂੰਹ 'ਤੇ ਵੀ ਇਹ ਕਾਲਖ ਹੈ ਜਿਹੜੀ ਉਹ ਲੱਗੀ ਇਹ ਅਸਲ ਦੇ ਵਿੱਚ ਇਨਵੈਸਟੀਗੇਸ਼ਨ ਕਰਦਾ ਸੀ ਉਸ ਕੋਲ ਘੁਟਾਲੇ ਦੀ ਇਹ ਇਨਵੈਸਟੀਗੇਸ਼ਨ ਘੱਟ ਕਰਦਾ ਸੀਗਾ
ਤੇ ਦੂਜੇ ਕੰਮ ਜ਼ਿਆਦਾ ਕਰਨ ਲੱਗ ਪਿਆ ਕਿਉਂਕਿ ਉਸ ਕੋਲ ਘੁਟਾਲੇ ਦੇ ਵਿੱਚ ਬਹੁਤ ਵੱਡੇ ਵੱਡੇ ਨਾਮਚੀਨ ਬੰਦੇ ਫਸੇ ਹੋਏ ਸਨ। ਇਹਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਕੁੰਡੀ ਪਾ ਲਈ ਕਿ ਭਾਈ ਤੁਸੀਂ ਜੇ ਜਾਂਚ ਚੋਂ ਬਚਣਾ ਤੇ ਸਿੱਧੇ ਹੋ ਕੇ ਗੱਲਬਾਤ ਕਰੋ। ਇਹ ਫਿਰ ਕੀ ਆ ਕਿ ਉਹਨਾਂ ਬੰਦਿਆਂ ਦੇ ਨਾਲ ਜਿਨ੍ਹਾਂ ਨੂੰ ਇਹ ਮੁਲਜ਼ਮ ਮੰਨ ਕੇ ਇਨਵੈਸਟੀਗੇਟ ਕਰਦਾ ਪਿਆ ਸੀ, ਉਹਨਾਂ ਬੰਦਿਆਂ ਦੇ ਨਾਲ ਹੀ ਇਹ ਮੁਲਾਕਾਤਾਂ ਕਰਨ ਲੱਗ ਪਿਆ। ਹੌਲੀ ਹੌਲੀ ਪਤਾ ਲੱਗ ਗਿਆ ਇਹ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਫਿਰ ਮਾਮਲਾ ਕੱਢ ਲਿਆਂਦਾ, ਅਦਾਲਤ ਦੇ ਵਿੱਚ ਗਿਆ, ਉੱਥੇ ਇਹਨੇ ਪੈਂਤੜਾ ਅਪਣਾ ਲਿਆ ਜੀ ਕਿ ਵਿਸਲ ਬਲੋਰਾਂ ਨੇ ਇਹਨੂੰ ਦੱਸਿਆ, ਵਿਸਲ ਬਲੋਰ ਦੱਸੋ। ਉਦੋਂ ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਵਿਸਲ ਬਲੋਰ ਕਿਸੇ ਨੂੰ ਦੱਸਣ ਦਾ ਅਸੀਂ ਜ਼ਰੂਰੀ ਨਹੀਂ ਕਿ ਉਹਨੂੰ ਮਜਬੂਰ ਕਰੀਏ, ਉਹ ਵਿਸਲ ਬਲੋਰ ਹੀ ਸਾਨੂੰ ਦੱਸੇ, ਇਹ ਜ਼ਰੂਰੀ ਨਹੀਂ ਪੱਖ, ਤੁਸੀਂ ਜਿਹੜੀ ਗੱਲ ਕਰਨੀ ਕਰ ਲਓ। ਬਾਅਦ ਦੇ ਵਿੱਚ ਇਹਦੇ 'ਤੇ ਇੱਕ ਇਨਵੈਸਟੀਗੇਸ਼ਨ ਬੈਠੀ, ਉਦੋਂ ਇਹਨੇ ਹੱਥ ਪੱਲਾ ਜਿਹਾ ਨਹੀਂ ਫੜਾਇਆ, ਮਾਮਲਾ ਸੁਪਰੀਮ ਕੋਰਟ 'ਚ ਤੁਰਿਆ ਆਉਂਦਾ ਸੀ, ਤੁਰਿਆ ਆਉਂਦਾ ਸੀ, ਤੁਰਿਆ ਆਉਂਦਾ ਸੀ। ਅੱਜ ਆਖਿਰ ਇਹ ਮਾਮਲਾ ਸਿਰੇ ਚੜ੍ਹ ਗਿਆ, ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਕਿ ਰਣਜੀਤ ਸਿਨਹਾ ਜੀ ਤਿਆਰ ਹੋ ਜਾਓ, ਜਿਹੜੀਆਂ ਇਨਕੁਆਇਰੀਆਂ ਤੁਸੀਂ ਲੋਕਾਂ ਦੇ ਪਿੱਛੇ ਲਾਉਂਦੇ ਸੋ ਅੱਜ ਹੁਣ ਤੁਹਾਡੇ ਪਿੱਛੇ ਲੱਗਣ ਲੱਗੀ ਆ। SIT ਦਾ ਗਠਨ ਕਰ ਦਿੱਤਾ, ਉਹ SIT ਹੁਣ ਇਸ ਮਾਮਲੇ ਦੀ ਹੈ ਜਿਹੜੀ ਉਹ ਪੜਤਾਲ ਕਰੇਗੀ। ਪਰ ਦਿਲਚਸਪ ਗੱਲ ਇਹ ਆ ਕਿ ਰਣਜੀਤ ਸਿਨਹਾ ਪਹਿਲਾਂ ਮੰਨਦਾ ਨਹੀਂ ਸੀ ਕਿ ਮੈਂ ਕੋਲ ਘੁਟਾਲੇ ਵਾਲੇ ਦੋਸ਼ੀਆਂ ਨਾਲ ਕਦੇ ਮੁਲਾਕਾਤ ਕੀਤੀ ਹੈ, ਮੰਨਦਾ ਹੀ ਨਹੀਂ ਸੀ, ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੰਦਾ। ਪਰ ਫਿਰ RTI ਕੰਮ ਆਈ, RTI ਉੜੇ ਥੋੜੇ ਦਾ ਹਥਿਆਰ ਵੀ ਬਣ ਜਾਂਦੀ ਆ। RTI ਤੋਂ ਜਿਹੜੇ ਇਹਦੇ ਘਰ ਤੇ ਦਫ਼ਤਰ ਦੇ ਵਿੱਚ ਰਜਿਸਟਰ ਲੱਗੇ ਸਨ, ਐਂਟਰੀ ਰਜਿਸਟਰ ਜਿਹਨੂੰ ਕਹਿ ਦਿੰਦੇ ਆ, ਉਹਦੀਆਂ ਜਾਣਕਾਰੀਆਂ ਮੰਗੀਆਂ ਗਈਆਂ। ਪਹਿਲਾਂ ਤਾਂ ਜਾਣਕਾਰੀਆਂ ਬੜੀਆਂ ਮੁਸ਼ਕਲ ਮਿਲੀਆਂ, ਪਰ ਜਦੋਂ ਮਿਲੀਆਂ ਤੇ ਫਿਰ ਉਹ ਹੈਰਾਨ ਕਰਦੀਆਂ ਸਨ। ਜਿਹੜੇ ਕੋਲ ਘੁਟਾਲੇ ਦੇ ਵਿੱਚ ਫਸੇ ਹੋਏ ਲੋਕ ਸਨ, ਕੋਈ ਰਾਤ ਨੂੰ 12 ਵਜੇ ਆਉਂਦਾ ਸੀ ਇਹਦੇ ਘਰੇ, ਕੋਈ 1 ਵਜੇ ਦੇ ਦਫ਼ਤਰ 'ਚ ਮਿਲਦਾ ਸੀ, ਰਾਤ ਰਾਤ ਭਰ ਮੀਟਿੰਗਾਂ ਚੱਲੀਆਂ ਜਾਂਦੀਆਂ ਸਨ। ਤੇ ਜਦੋਂ ਇਹਨੂੰ ਕੋਈ ਪੁੱਛਦਾ ਸੀ, ਹੁਣ ਜਦੋਂ ਇਨਵੈਸਟੀਗੇਸ਼ਨ ਦੇ ਵਿੱਚ ਮਾਮਲਾ ਖੁੱਲਿਆ, ਜਦੋਂ ਇਹਨੂੰ ਕੋਈ ਪੁੱਛਦਾ ਸੀ ਕਿ ਤੁਹਾਨੂੰ ਮਿਲਣ ਕਾਹਤੋਂ ਆਉਂਦੇ ਸੀ, ਤੇ ਕਹਿੰਦਾ ਲਓ ਜੀ ਇਹ ਕਿਹੜੀ ਗੱਲ ਕਰਦੇ ਜੇ, ਹਰੇਕ ਨੂੰ ਆਪਦੀ ਗੱਲ ਕਹਿਣ ਦਾ ਅਧਿਕਾਰ ਆ। ਸੋ ਗੱਲ ਕਹਿਣ ਦਾ ਅਧਿਕਾਰ ਆ, ਉਹ ਉਹਨਾਂ ਦੇ ਪੱਖ ਸੁਣਦਾ ਸੀ ਤੇ ਸੁਣਦਾ ਰਾਤ ਨੂੰ ਸੀ, ਅੱਧੀ ਰਾਤ ਨੂੰ, ਉਦੋਂ ਪਤਾ ਨਹੀਂ ਕਿਹੜੀਆਂ ਮਸ਼ੀਨਾਂ ਲਾ ਕੇ ਸੁਣਦਾ ਸੀਗਾ। ਸੋ ਹੁਣ ਕਸੂਤਾ ਫਸ ਗਿਆ, ਹੁਣ ਨਾ ਤੇ ਸਿਰ ਤੇ ਸਾਈ ਆ ਕੋਈ ਜਿਹੜਾ ਇਹਨੂੰ ਬਚਾ ਲਏਗਾ। ਜੋ ਇਹਨੇ ਗਲਤੀਆਂ ਕੀਤੀਆਂ, ਜੋ CBI ਦੀ, ਵੈਸੇ CBI ਤੇ ਬਹੁਤ ਬਦਨਾਮ ਹੋ ਚੁੱਕੀ ਸੀ, ਉਹਨਾਂ ਦਿਨਾਂ ਦੇ ਵਿੱਚ ਹੀ ਸੁਪਰੀਮ ਕੋਰਟ ਦਾ ਉਹ ਕਮੈਂਟ ਆਇਆ ਸੀ ਜਿਹੜਾ ਪੂਰੇ ਸੰਸਾਰ ਦੇ ਵਿੱਚ ਚਰਚਿਤ ਹੋਇਆ ਸੀ ਕਿ CBI ਜਿਹੜੀ ਉਹ ਕੇਂਦਰ ਦੇ ਪਿੰਜਰੇ ਦਾ ਤੋਤਾ ਹੈ, ਉਹ ਇਹਨਾਂ ਗੱਲਾਂ ਤੋਂ ਹੀ ਆਇਆ ਸੀਗਾ। ਸੋ ਹੁਣ ਬਹੁਤ ਜ਼ਿਆਦਾ ਬਦਨਾਮੀ ਚੱਲਣ ਤੋਂ ਬਾਅਦ CBI ਜਿਹੜੀ ਉਹ CBI ਦੇ ਸਾਬਕਾ ਡਾਇਰੈਕਟਰ ਨੂੰ ਹੀ ਨਿਚੋੜੇਗੀ, ਉਹਦੇ 'ਚੋਂ ਕੀ ਨਿਕਲਦਾ ਹੈ ਉਹ ਤਾਂ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਉਹ ਰਣਜੀਤ ਸਿਨਹਾ ਜਿਹੜਾ ਰਣ ਦਾ ਜੇਤੂ, ਉਹ ਕਿਤੇ ਨਾ ਕਿਤੇ ਹਾਲਾਤਾਂ ਹੱਥੋਂ ਹਾਰਿਆ ਜਾਪਦਾ, ਹੁਣ ਉਹਨੂੰ ਸਿੱਧਾ ਹੋ ਕੇ CBI ਦੇ ਮੂਹਰੇ ਲੱਗਣਾ ਪਊ। ਜੀ ਜੀ, ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਜਾਬ ਦੀਆਂ ਮੁੱਖ ਪਾਰਟੀਆਂ ਨੇ ਹੀ ਨਹੀਂ ਦਿੱਤੀਆਂ ਬੀਬੀਆਂ ਨੂੰ ਪੂਰੀਆਂ ਨੁਮਾਇੰਦਗੀਆਂ। ਦੇਖੋ ਇਹ ਜਿਹੜੀਆਂ ਐਤਕੀ ਨਾਮਜ਼ਦਗੀਆਂ ਦਾਖਲ ਹੋਈਆਂ, ਹੁਣ ਇਹਨਾਂ ਦਾ ਫੋਲਾ ਫਾਲੀ ਦਾ ਕੰਮ ਚੱਲ ਪਿਆ। ਨਾਮਜ਼ਦਗੀਆਂ ਦੀ ਵਾਪਸੀ ਹੈ ਜਿਹੜੀ ਹੋਣੀ ਸੀ ਹੋ ਗਈ, ਰੱਦ ਹੋਣੇ ਸਨ ਜਿਹੜੇ ਪੇਪਰ ਹੋ ਗਏ। ਹੁਣ ਇਹਨਾਂ ਦੇ ਵਿੱਚੋਂ ਜਿਹੜੇ ਤੱਥ ਨਿਕਲਦੇ ਪਏ, ਅੰਕੜੇ ਨਿਕਲਦੇ ਪਏ, ਬੜੇ ਦਿਲਚਸਪ ਨਿਕਲਦੇ ਪਏ ਆ। ਇੱਕ ਅੰਕੜਾ ਸ਼ਾਇਦ ਤੁਹਾਡੇ ਤੱਕ ਪਹੁੰਚ ਵੀ ਗਿਆ ਹੋਣਾ ਹੈ ਕਿ ਤਿੰਨਾਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ, ਉਹਨਾਂ ਦੇ ਵਿੱਚੋਂ 350 ਦੇ ਵਿੱਚੋਂ 131 ਕਿਸਾਨ ਆ, ਤੇ 131 ਚੋਂ 113 ਇਹੋ ਜਿਹੇ ਜਿਹੜੇ ਕਰੋੜਪਤੀ ਆ, ਤੇ 3 ਇਹੋ ਜਿਹੇ ਜਿਹੜੇ ਅਰਬਪਤੀ ਆ। ਹੁਣ ਜੇ ਇਹਨਾਂ ਦੇ ਵਿੱਚੋਂ ਕਿਸਾਨਾਂ ਦੀ ਪਰਿਭਾਸ਼ਾ ਲੱਭਣੀ ਹੋਵੇ ਤੇ ਕਿਸਾਨ ਤੇ ਖੁਸ਼ਹਾਲ ਹੀ ਖੁਸ਼ਹਾਲ ਆ, ਪਰ ਜੇ ਅਸਲੀ ਕਿਸਾਨ ਵੇਖਣਾ ਹੋਵੇ ਤੇ ਉਹ ਮੇਰੇ ਖਿਆਲ ਦੇ ਨਾਲ ਜਦੋਂ ਇਹ ਸੁਣੇਗਾ ਕਿ ਕਿਸਾਨ ਅਰਬਪਤੀ ਵੀ ਹੁੰਦੇ ਆ, ਤੇ ਉਹ ਤਾਂ ਖੁਸ਼ੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਹਾਰਟ ਫੇਲ ਹੀ ਖਰਾਬ ਹੋਏਗਾ, ਕਿਉਂਕਿ ਅਰਬਪਤੀ ਹੋਣਾ ਤੇ ਉਹ ਵੀ ਕਿਸਾਨ ਦਾ, ਇਹ ਵਾਕਈ ਹੈਰਾਨ ਕਰਦਾ ਪੰਜਾਬ ਦੇ ਵਿੱਚ। ਪਰ ਇਹ ਨੇਤਾ ਜਿਹੜੇ ਇਹਨਾਂ ਦੀਆਂ ਨਾਮਜ਼ਦਗੀਆਂ 'ਚੋਂ ਇਹ ਨਿਕਲਦਾ ਪਿਆ ਕਿ ਕੁਛ ਇਹੋ ਜਿਹੇ ਨੇਤਾ ਨੇ ਜਿਹੜੇ ਨਾਲ ਆਪਣੇ ਆਪ ਨੂੰ ਕਿਸਾਨ ਵੀ ਕਹਿੰਦੇ ਆ, ਪਰ ਨਾਲ ਅਰਬਪਤੀ ਵੀ ਆ, ਨਾਲ ਹੋਰ ਵੀ ਕਾਰੋਬਾਰ ਹੈ। ਸੋ ਇਹ ਬਹੁਤ ਦਿਲਚਸਪ ਅੰਕੜੇ ਨਿਕਲਦੇ ਪਏ। ਜੇ ਦਾਗੀਆਂ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਕੇਸ ਆ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ 'ਤੇ ਚੱਲਦੇ, ਭਾਵੇਂ ਕਮਰ ਸੰਧੂ ਵਰਗੇ ਬੰਦੇ ਆ ਜਿਹੜੇ, ਉਹ ਕਿੰਨਾ ਹਾਲਤਾਂ ਦੇ ਵਿੱਚ ਕੇਸਾਂ 'ਚ ਉਲਝਾਏ ਗਏ, ਉਹ ਸਾਰਿਆਂ ਨੂੰ ਪਤਾ ਸੁਖਪਾਲ ਖਹਿਰਾ ਕਿਵੇਂ ਲਿਜਾਇਆ ਗਿਆ। ਪਰ ਸਭ ਤੋਂ ਜ਼ਿਆਦਾ ਇਸ ਸਮੇਂ ਪੈਂਡਿੰਗ ਕੇਸਾਂ ਵਾਲੇ ਆ ਜਿਹੜੇ, ਉਹਨਾਂ ਦੇ ਕੈਂਡੀਡੇਟ ਆ। ਬਹੁਤ ਦਿਲਚਸਪ ਕਿੱਸੇ ਨਿਕਲਦੇ ਆ। ਜਿਹੜੇ ਅਕਾਲੀ ਦਲ ਵਾਲੇ ਆ, 15 ਤੇ ਇਹਨਾਂ ਦੇ ਵਿੱਚੋਂ ਇਹੋ ਜਿਹੇ ਉਮੀਦਵਾਰ ਨਿਕਲੇ ਆ ਜਿਹੜੇ 10ਵੀਂ ਤੱਕ ਵੀ ਨਹੀਂ ਉੱਪੜੇ, 10ਵੀਂ ਤੱਕ ਵੀ ਨਹੀਂ ਗਏ। ਸੋ ਇਹ ਕਈ ਮਾਮਲਿਆਂ ਦੇ ਵਿੱਚ ਬਹੁਤ ਦਿਲਚਸਪ ਗੱਲਾਂ ਨਿਕਲਦੀਆਂ ਪਈਆਂ। ਜਿੱਦਾਂ ਆਮ ਆਦਮੀ ਪਾਰਟੀ ਵਾਲੇ ਜਿਹੜੇ, ਉਹ ਇੱਕ ਵਾਹਿਦ ਪਾਰਟੀ ਹੈ ਜਿਨ੍ਹਾਂ ਨੇ ਮੇਰੇ ਖਿਆਲ ਦੇ ਨਾਲ 30 ਸਾਲ ਤੋਂ ਥੱਲੇ ਸਭ ਤੋਂ ਜ਼ਿਆਦਾ ਉਮੀਦਵਾਰ ਹੈ ਜਿਹੜੇ ਮੈਦਾਨ 'ਚ ਉਤਾਰੇ ਆ, ਯਾਨੀ ਨੌਜਵਾਨ
ਉਤਾਰਨ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਮੋਹਰੀ ਆ। ਪਰ ਇਹ ਜਿਹੜਾ ਬੀਬੀਆਂ ਨੂੰ ਨੁਮਾਇੰਦਗੀ ਦੇਣ ਦਾ ਮਾਮਲਾ, ਇਹ ਵਾਕਈ ਗੰਭੀਰ ਆ। ਕਿਉਂਕਿ ਤੁਸੀਂ ਹੈਰਾਨ ਰਹਿ ਜਾਓਗੇ, ਇਸ ਸਮੇਂ ਕੁੱਲ 1146 ਉਮੀਦਵਾਰ ਮੈਦਾਨ 'ਚ ਆ, ਜਿਹਦੇ 'ਚੋਂ ਸਿਰਫ 81 ਔਰਤਾਂ ਆ, ਸਿਰਫ 81 ਔਰਤਾਂ। ਇਹਨਾਂ ਦੇ ਵਿੱਚੋਂ ਵੀ 32 ਆਜ਼ਾਦ ਆ, ਯਾਨੀ ਕਿਸੇ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਤਾਲੁਕਾਤ ਨਹੀਂ ਹੈ। ਜੇ ਗੱਲ ਕਰੀਏ ਪਾਰਟੀ ਵਾਈਜ਼ ਤਾਂ ਕਾਂਗਰਸ ਸਭ ਤੋਂ ਮੋਹਰੇ ਆ ਔਰਤਾਂ ਨੂੰ ਨੁਮਾਇੰਦਗੀ ਦੇਣ ਦੇ ਮਾਮਲੇ 'ਚ। ਇਹਨਾਂ ਨੇ 11 ਸੀਟਾਂ 'ਤੇ, 117 ਚੋਂ 11 ਸੀਟਾਂ 'ਤੇ ਬੀਬੀਆਂ ਨੂੰ ਮੈਦਾਨ 'ਚ ਉਤਾਰਿਆ। ਜੇ ਇਹਨਾਂ ਦੀ ਫੀਸਦੀ ਦੇਖੀਏ, ਅਨੁਪਾਤ ਫੀਸਦੀ, ਤਾਂ ਇਹਨਾਂ ਦੀ 9.4% ਬਣਦੀ ਹੈ। ਜੇ ਭਾਜਪਾ ਦੀ ਗੱਲ ਕਰੀਏ, ਭਾਜਪਾ ਵਾਲਿਆਂ ਨੇ ਆਪਣੇ ਹਿੱਸੇ ਦੀਆਂ 23 ਸੀਟਾਂ 'ਚੋਂ ਸਿਰਫ 2 ਬੀਬੀਆਂ ਨੂੰ ਟਿਕਟ ਦਿੱਤੀ ਹੈ। ਜੇ ਉਹ ਆਪਾਂ ਪਰਸੈਂਟੇਜ ਕੱਢਣੀ ਹੋਵੇ ਤਾਂ ਸਾਡੇ ਕੋਲ 8 ਬਣਦੀ ਹੈ। ਇਸੇ ਤਰ੍ਹਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਨੇ 9 ਬੀਬੀਆਂ ਨੂੰ ਮੈਦਾਨ 'ਚ ਉਤਾਰਿਆ, ਭਾਵ 7.96% ਉਹਨਾਂ ਦਾ ਅਨੁਪਾਤ ਬਣਦਾ ਮਤਾਂ ਦੇ ਮੁਕਾਬਲੇ। ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ, 94 ਸੀਟਾਂ 'ਤੇ ਇਹਨਾਂ ਨੇ ਮਹਿਜ਼ 4 ਬੀਬੀਆਂ ਨੂੰ ਮੌਕਾ ਦਿੱਤਾ ਹੈ। ਜੇ ਆਪਾਂ ਪਰਸੈਂਟੇਜ ਕੱਢਣੀ ਹੋਵੇ ਤਾਂ ਇਹਨਾਂ ਦੀ 4% ਬਹਿੰਦੀ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ 8 ਜ਼ਿਲ੍ਹਿਆਂ 'ਚ ਇਹਨਾਂ 4 ਪਾਰਟੀਆਂ ਨੇ, ਜਿਹੜੀਆਂ ਮੋਹਰੀ ਪਾਰਟੀਆਂ ਨੇ, ਵੈਸੇ ਤਾਂ ਬਹੁਤ ਪਾਰਟੀਆਂ ਲੜਦੀਆਂ ਪਈਆਂ ਚੋਣ ਮੈਦਾਨ 'ਚ, ਜਿਹੜੀਆਂ 4 ਮੋਹਰੀ ਪਾਰਟੀਆਂ ਨੇ, ਇਹਨਾਂ ਦੇ ਵਿੱਚੋਂ 8 ਜ਼ਿਲ੍ਹਿਆਂ 'ਚੋਂ ਕਿਸੇ ਨੇ ਬੀਬੀ ਕਿਸੇ ਨੂੰ ਮੈਦਾਨ 'ਚ ਉਤਾਰਿਆ ਨਹੀਂ। ਇਹ ਜ਼ਿਲ੍ਹੇ ਵੀ ਬਹੁਤ ਵੱਡੇ ਆ, ਜਿੱਦਾਂ ਅੰਮ੍ਰਿਤਸਰ ਆ ਵਿੱਚ, ਜਲੰਧਰ ਆ ਵਿੱਚ ਫਾਜ਼ਿਲਕਾ ਫਰੀਦਕੋਟ ਆ ਜਾਂਦੇ ਆ, ਫਤਿਹਗੜ੍ਹ ਸਾਹਿਬ ਆ ਜਾਂਦਾ, ਕਪੂਰਥਲਾ ਆ ਜਾਂਦਾ, ਤਰਨ ਤਾਰਨ ਆ ਜਾਂਦਾ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਵੀ ਬੀਬੀ ਇਹਨਾਂ ਪਾਰਟੀਆਂ ਵੱਲੋਂ ਮੈਦਾਨ 'ਚ ਨਹੀਂ ਉਤਾਰੀ ਗਈ। ਕਮਾਲ ਦੀ ਗੱਲ ਤਾਂ ਇੱਕ ਹੋਰ ਆ ਕਿ ਇਸ ਵਾਰੀ ਕੁੱਲ 336 ਬੀਬੀਆਂ ਨੇ ਨਾਮਜ਼ਦਗੀ ਪਰਚੇ ਭਰੇ ਸਨ, ਤੇ ਹੱਦ ਦੀ ਗੱਲ ਇਹ ਆ ਕਿ 217 ਬੀਬੀਆਂ ਦੇ ਪਰਚੇ ਰੱਦ ਹੋ ਗਏ। ਹੁਣ ਪਤਾ ਨਹੀਂ ਕਿੱਥੇ ਇਹ ਸਮੱਸਿਆ ਹੈ, ਕਿ ਜਾਂ ਤਾਂ ਉਹਨਾਂ ਨੂੰ ਕੋਈ ਗਾਈਡੈਂਸ ਨਹੀਂ ਹੈ, ਜਾਂ ਪ੍ਰੋਪਰ ਉਹ ਠੀਕ ਢੰਗ ਦੇ ਨਾਲ ਦਸਤਾਵੇਜ਼ ਆਪਣੇ ਜਿਹੜੇ ਦਾਖਲ ਨਹੀਂ ਕਰਾ ਪਾਉਂਦੀਆਂ, ਜਾਂ ਕਿਤੇ ਕੋਈ ਹੋਰ ਗੜਬੜ ਆ। ਪਤਾ ਨਹੀਂ ਕਿਉਂ ਮੈਨੂੰ ਸ਼ੱਕ ਜਿਹਾ ਜਾਪਦਾ ਕਿ ਇੰਨੀ ਵੱਡੀ ਪੱਧਰ 'ਤੇ ਕਾਗਜ਼ਾਂ ਦਾ ਰੱਦ ਹੋ ਜਾਣਾ, ਉਹ ਸੁਭਾਵਿਕ ਤਾਂ ਨਹੀਂ, ਇਤਫਾਕ ਤਾਂ ਨਹੀਂ ਹੋ ਸਕਦਾ, ਕਿਤੇ ਨਾ ਕਿਤੇ ਕੋਈ ਤਕਨੀਕੀ ਜਾਂ ਕੋਈ ਹੋਰ ਗੜਬੜੀ ਤਾਂ ਹੈ। ਸੋ ਕੁੱਲ ਮਿਲਾ ਕੇ ਜੇ ਦੇਖੀਏ, ਇੰਨੀ ਜ਼ਿਆਦਾ ਘੱਟ ਨੁਮਾਇੰਦਗੀ ਕਿ ਇੱਕ ਪਾਸੇ ਸਾਰੀਆਂ ਪਾਰਟੀਆਂ ਕਹਿੰਦੀਆਂ ਕਿ ਅਸੀਂ ਬੀਬੀਆਂ ਨੂੰ ਨੁਮਾਇੰਦਗੀ ਦੇਵਾਂਗੀਆਂ, 33% ਦਾ ਰਾਗ ਲਾਪਦੀਆਂ, 33% ਛੱਡੋ ਇੱਥੇ ਫੀਸਦੀ ਹੈ ਜਿਹੜੀ, ਉਹ ਵੀ ਫਸੱਡੀ ਹੋਈ ਪਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਬੜੀ ਉਮੀਦ ਸੀ, ਬੀਬੀ ਬਲਜਿੰਦਰ ਕੌਰ ਕਹਿੰਦੀ ਹੁੰਦੀ ਸੀ ਕਿ ਅਸੀਂ 1,00,000 ਘਰਾਂ ਤੱਕ, 1,00,000 ਪਰਿਵਾਰਾਂ ਤੱਕ ਅਪਰੋਚ ਕੀਤਾ, ਪਰ ਉਧਰੋਂ ਵੀ ਨਿਰਾਸ਼ਾ ਝੱਲਣੀ ਪੈ ਰਹੀ ਹੈ। ਹੱਦ ਦੀ ਗੱਲ ਤਾਂ ਇਹ ਹੈ ਕਿ ਵੇਖੋ, ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਚੱਲਦਾ ਪਿਆ, ਉਸੇ ਵਿਹੜੇ 'ਚੋਂ ਨਾਨੀ ਸ਼ਾਹ ਦਾ ਨਾਰਾ ਨਿਕਲਿਆ, ਤੇ ਉਸੇ ਵਿਹੜੇ 'ਚੋਂ ਟਿਕਟਾਂ ਕਿੰਨੀਆਂ ਨਿਕਲੀਆਂ ਬੀਬੀਆਂ ਨੂੰ, 94 ਚੋਂ 4। ਹੱਦ ਦੀ ਗੱਲ ਹੈ, ਸ਼ਰਮ ਵਾਲੀ ਗੱਲ ਆ ਕਿ ਜਿਹੜੇ ਲੋਕ ਨੰਨੀ ਸ਼ਾਹ ਦਾ ਨਾਰਾ ਲਾਉਂਦੇ ਆ, ਉਹ ਨੰਨੀ ਸ਼ਾਹਾਂ ਨੂੰ ਇਹ ਨੁਮਾਇੰਦਗੀ ਨਹੀਂ ਦਿੰਦੇ ਪਏ, ਉਹਨਾਂ ਤੋਂ ਉਹਨਾਂ ਨੂੰ ਨੁਮਾਇੰਦਗੀ ਦੇਣ ਤੋਂ ਇਨਕਾਰੀ ਹੈ, ਉਹਨਾਂ ਨੂੰ ਹੱਕ ਦੇਣ ਤੋਂ ਇਨਕਾਰੀ ਹੈ। ਕਿਉਂਕਿ 33% ਤਾਂ ਕੋਟਾ ਬਣਦਾ ਨਾ, ਅਤੇ ਕੋਈ ਵੀ ਪਾਰਟੀ ਉਹ ਜਿਹੜੀ 33% ਤੱਕ ਪਹੁੰਚਦੀ ਨਜ਼ਰ ਹੀ ਨਹੀਂ ਆਉਂਦੀ, ਕੋਈ 10 ਨੂੰ ਵੀ ਨਹੀਂ ਸ਼ੋ ਪਾਈ। ਇਹ ਤਾਂ ਬਹੁਤ ਹੀ ਜ਼ਿਆਦਾ ਘੁੱਟਵਾਂ ਹੱਥ ਆ ਪਾਰਟੀਆਂ ਦਾ, ਹੱਥ ਖੋਲ੍ਹਣਾ ਚਾਹੀਦਾ ਬੀਬੀਆਂ ਦੇ ਮਾਮਲੇ 'ਚ। ਆ ਕੁਝ ਦਿਨ ਦੀ ਗੱਲ ਆ, ਤੁਸੀਂ ਹੱਥ ਘੁੱਟਣ ਦੀ ਗੱਲ ਤੋਂ ਮੈਨੂੰ ਯਾਦ ਆ ਗਈ ਜੀ, ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਇਹੋ ਜਿਹੇ ਮੁੱਦੇ 'ਤੇ ਸਵਾਲ ਕੀਤਾ ਸੀਗਾ, ਕੈਪਟਨ ਅਮਰਿੰਦਰ ਸਿੰਘ ਦੇ ਮੁੱਦੇ 'ਤੇ, ਅਤੇ ਉਹਨੇ ਆਖਿਆ ਕਿ ਰਣ ਇੰਦਰ ਨੂੰ ਅਸੀਂ ਇੱਥੋਂ ਹਰਾ ਕੇ ਤੋਰਿਆ ਸੀ, ਅਤੇ ਵਿੱਚੋਂ ਉਹਨੇ ਗੱਲ ਤੋਰ ਲਈ, ਕਹਿੰਦਾ ਕਿ ਉਸ ਸਮੇਂ ਵੀ ਕੈਪਟਨ ਨੇ ਆ ਕੇ ਸਾਨੂੰ ਲਲਕਾਰਿਆ ਸੀ, ਸਾਡੇ ਕੋਲ ਕੋਈ ਵੀ ਘਰ ਦਾ ਜੀ ਇਲੈਕਸ਼ਨ ਲੜਨ ਲਈ ਵਿਹਲਾ ਨਹੀਂ ਸੀ, ਅਤੇ ਖੀਰੀ ਨਾ ਚਾਹੁੰਦੇ ਹੋਇਆਂ ਵੀ ਕਹਿੰਦੇ ਕਿ ਅਸੀਂ ਆਪਣੀਆਂ ਔਰਤਾਂ ਨੂੰ ਚੋਣਾਂ ਨਹੀਂ ਲੜਾਉਂਦੇ, ਸਾਨੂੰ ਮਜਬੂਰੀ 'ਚ ਬੀਬਾ ਹਰਸਿਮਰਤ ਕੌਰ ਨੂੰ ਮੈਦਾਨ 'ਚ ਉਤਾਰਨਾ ਪਿਆ। ਯਾਨੀ ਖੁਦ ਪ੍ਰਕਾਸ਼ ਸਿੰਘ ਬਾਦਲ ਇਹ ਮੰਨਦਾ ਹੈ ਕਿ ਅਸੀਂ ਆਪਣੀਆਂ ਬੀਬੀਆਂ ਨੂੰ ਚੋਣ ਲੜਾ ਕੇ ਰਾਜੀ ਨਹੀਂ, ਪਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਰਾਜਨੀਤੀ 'ਚ ਆਉਣਾ ਇਤਫਾਕ ਸੀ। ਸੋ ਜਦੋਂ ਇਹੋ ਜਿਹੀਆਂ ਗੱਲਾਂ ਏਡੇ ਵੱਡੇ ਵੱਡੇ ਸਿਆਸਤਦਾਨ ਕਰਦੇ ਆ, ਤਾਂ ਫਿਰ ਸਾਨੂੰ ਸਮਝ ਜਾਣਾ ਚਾਹੀਦਾ ਕਿ ਜਦੋਂ ਨੰਨੀ ਸ਼ਾਹ ਦਾ ਨਾਰਾ ਲੱਗਦਾ ਹੈ ਚੈਨਲਾਂ 'ਤੇ ਔਰ ਚਮਕਦਾ ਹੈ, ਉਦੋਂ ਉਹਨਾਂ ਦੀ ਭਾਵਨਾ ਕੁਛ ਹੋਰ ਹੁੰਦੀ ਹੈ, ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਉਦੋਂ ਉਹਨਾਂ ਦੀ ਭਾਵਨਾ ਕੁਛ ਹੋਰ ਹੁੰਦੀ ਹੈ। ਇਹ ਬੀਬੀਆਂ ਨੂੰ ਵੀ ਖੁਦ ਥੋੜ੍ਹਾ ਜਿਹਾ ਜਾਗ ਜਾਣਾ ਚਾਹੀਦਾ ਹੈ, ਐਵੇਂ ਨਹੀਂ ਪਰਚੀ ਫੜ ਕੇ ਤੁਰ ਪੈਣਾ ਚਾਹੀਦਾ ਸਕੂਲ ਨੂੰ ਕਿ ਬਾਬੇ ਨੇ ਕਹਿਤਾ ਕਿ ਉਹਨੂੰ ਵੋਟ ਪਾਉਣੀ ਹੈ, ਫਲਾਣੇ ਨੇ ਕਹਿਤਾ ਉਹਨੂੰ ਵੋਟ ਪਾਉਣੀ ਹੈ। ਥੋੜ੍ਹਾ ਜਿਹਾ ਹੁਣ ਇਹ ਵੀ ਸੁਚੇਤ ਹੋਣ, ਤਾਂ ਹੀ ਗੱਲ ਬਣਨੀ ਆ।
ਜੀ 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 ਅਗਲੀ ਆਪਾਂ ਮਿੰਟੂ 'ਚ ਗੱਲ ਕਰੀਏ ਵੀ ਬਾਗੀ ਬਣੇ ਪਾਰਟੀਆਂ ਲਈ ਮੁਸੀਬਤ, ਕੈਪਟਨ ਵੱਲੋਂ 24 ਘੰਟਿਆਂ ਦਾ ਅਲਟੀਮੇਟਮ, ਉੱਧਰ ਸੁਖਬੀਰ ਬਾਦਲ ਨੇ ਕਾਰਵਾਈ ਕੀਤੀ। ਸੁਖਬੀਰ ਸਿੰਘ ਬਾਦਲ ਤੇ ਕਾਰਵਾਈ ਦੇ ਮਾਮਲੇ 'ਚ ਅਵਲ ਆ, ਦੂਜੇ ਤੇ ਸੋਚਦੇ ਹੁੰਦੇ ਇਹ ਕਾਰਵਾਈ ਕਰ ਦਿੰਦਾ, ਇਹਨੇ ਤੇ 3 ਅੱਜ ਝਟਕਾਤੇ ਆ। ਉਹਦੇ 'ਚ ਇੱਕ ਇਹਨਾਂ ਦਾ ਸਾਬਕਾ ਵਿਧਾਇਕ ਵੀ ਆ, ਬਲਵੀਰ ਸਿੰਘ ਮਿਆਣੀ ਟਾਂਡੇ ਦਾ ਸਾਬਕਾ ਵਿਧਾਇਕ ਆ, ਉਹਨੂੰ ਸਸਪੈਂਡ ਕਰ ਦਿੱਤਾ। ਸੋ ਇਹਨੇ 6 ਸਾਲ ਲਈ। ਉਧਰੋਂ ਜਸਵੀਰ ਸਿੰਘ ਬਿੱਲ ਭੁੱਲਰ ਬਰਨਾਲੇ ਵਾਲਾ ਮਾਝੇ ਦਾ, ਕਾਫੀ ਇਹ ਵੀ ਮਸ਼ਹੂਰ ਆ ਲੀਡਰ, ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਵੀ ਸੀਗਾ, ਇਹਨੂੰ ਵੀ ਕਰਤਾ ਸਸਪੈਂਡ। ਨਾਲ ਹੀ ਇੱਕ ਰਾਜਵੀਰ ਭੁੱਲਰ ਆ, ਉਹ ਵੀ ਮਾਝਾ ਜੋਨ ਦਾ ਯੂਥ ਅਕਾਲੀ ਆਗੂ ਸੀ, ਉਹਨੂੰ ਵੀ 6 ਸਾਲ ਲਈ ਕੱਢ ਦਿੱਤਾ ਸੁਖਬੀਰ ਸਿੰਘ ਬਾਦਲ ਨੇ। ਜਦਕਿ ਕਪਤਾਨ ਹਾਲੇ ਹਲੂਰੇ ਜੇ ਦਿੰਦਾ ਪਿਆ ਕਿ ਰਹਿ ਜਾਓ, ਆਪਣੀ ਗੱਲ ਤੋਂ ਬਾਜ਼ ਆ ਜਾਓ, ਨਹੀਂ ਤੇ ਫਿਰ ਮੈਂ ਬੁਰੀ ਕਰੂੰਗਾ। ਇਹਨੇ ਤੇ ਕੈਪਟਨ ਨੇ ਇੱਥੇ ਤੱਕ ਵੀ ਆਖ ਦਿੱਤਾ ਕਿ ਮੁੜ ਕੇ ਸਾਰੀ ਜ਼ਿੰਦਗੀ ਅਸੀਂ ਤੁਹਾਨੂੰ ਪਾਰਟੀ 'ਚ ਨਹੀਂ ਰਹਿਣਾ, ਜੇ ਤੁਸੀਂ ਆਪਣੀ ਹਿੰਡ ਪਗਾਈ ਤੇ ਮੁੜ ਕੇ ਅਸੀਂ ਵੀ ਫਿਰ ਆਪਦੀ ਹਿੰਡ ਪਗਾਵਾਂਗੇ, ਅਸੀਂ ਤੁਹਾਨੂੰ ਵਾਪਸ ਨਹੀਂ ਲੈਣਾ ਪਾਰਟੀ 'ਚ। ਕਿਉਂਕਿ ਕਾਂਗਰਸ ਹੈ ਨਾ ਜਿਹੜੀ, ਕਾਂਗਰਸ ਬਾਗੀਆਂ ਦਾ ਸੇਕ ਚੱਲ ਚੁੱਕੀ ਆ, ਇਹਨੂੰ ਪਤਾ ਕਿ ਬਾਗੀਆਂ ਦੇ ਸੇਕ ਦਾ ਲੋਹਾ ਕਿੰਨਾ ਹੈ, ਇਹਨੇ ਸਾਨੂੰ ਐਤਕ ਵੀ ਲੋਹ ਕੇ ਰੱਖ ਦੇਣਾ। ਪਿਛਲੀ ਵਾਰੀ ਕੀ ਹੋਇਆ ਸੀ ਕਿ 15-20 ਸੀਟਾਂ ਇਹੋ ਜਿਹੀਆਂ ਸਨ ਜਿੱਥੇ ਇਹਨਾਂ ਦੀ ਜਿੱਤ ਹਾਰ ਦਾ ਮਾਰਜਨ ਸੀਗਾ ਜਿਹੜਾ, ਉਹ 50 ਵੋਟਾਂ ਤੋਂ ਲੈ ਕੇ ਲਾ ਲਓ 1,000, 1,500, 2,000, 2,500 ਵੋਟ ਤੱਕ ਸੀ ਇੱਥੋਂ ਮਾਰ ਖਾ ਕੇ। ਤੇ ਉਹਨਾਂ ਜਿਹੜੀਆਂ ਟਿਕਟਾਂ ਸੀਗੀਆਂ ਉਹਨਾਂ ਦੇ ਵਿੱਚੋਂ ਬਹੁਤੀਆਂ ਸੀਟਾਂ ਤੇ ਇਹਨਾਂ ਦੇ ਆਪਦੇ ਬੰਦਿਆਂ ਨੇ ਨੁਕਸਾਨ ਕੀਤਾ। ਮਲੋਟ ਵਾਲੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੈ, ਜੇ ਕਿਸੇ ਨੇ ਨਹੀਂ ਸੁਣੀ ਮੈਂ ਦੁਬਾਰਾ ਵੀ ਸੁਣਾ ਦਿੰਦਾ ਕਿ ਇੱਥੇ ਜਿੱਤ ਹਾਰ ਦਾ ਜਿਹੜਾ ਫਰਕ ਰਿਹਾ ਸੀ ਨਾ, ਉਹ 1700-1800 ਵੋਟ ਦਾ ਰਿਹਾ ਸੀ। ਹਰਪ੍ਰੀਤ ਸਿੰਘ ਕੋਟਭਾਈ ਨੌਜਵਾਨ ਮੁੰਡਾ ਸੀ, ਉਹਨੇ ਨੱਥੂ ਰਾਮ ਨੂੰ ਹਰਾ ਦਿੱਤਾ ਸੀ ਤੇ ਹਾਰ ਦਾ ਜ਼ਿੰਮੇਵਾਰ ਕੌਣ ਸੀ? ਇਹਨਾਂ ਨੇ ਆਪ ਹੀ ਪਲਾਂਟ ਕੀਤਾ ਹੋਇਆ ਸੀ ਇੱਕ ਬੰਦਾ, ਅਕਾਲੀ ਦਲ ਵਾਲਿਆਂ ਨੇ ਉਹਨੂੰ ਸਹਿਮਤ ਮਾਰੀ, ਇਹਨਾਂ ਨੇ ਐਨ ਮੌਕੇ ਤੇ ਸਹਿਮਤ ਮਾਰੀ। ਉਹ ਆ ਕੇ ਤੇ ਆਜ਼ਾਦ ਖੜ ਗਿਆ, ਆਜ਼ਾਦ ਖੜ ਕੇ ਉਹ 5-7 ਹਜ਼ਾਰ ਵੋਟ ਲੈ ਗਿਆ ਤੇ ਜਿੱਤ ਹਾਰ ਦਾ ਫਰਕ ਰਿਹਾ 1700-1800 ਦਾ, ਉਹ ਇਹਨਾਂ ਦਾ ਫਸਿਆ ਗੱਡਾ ਕੱਢ ਗਿਆ। ਜਿਵੇਂ ਹੀ ਇਲੈਕਸ਼ਨ ਦਾ ਨਤੀਜਾ ਆਇਆ, ਉਸ ਬੰਦੇ ਨੂੰ ਸ਼ਰਾਬ ਦੇ ਠੇਕੇ ਦੇ ਦਿੱਤੇ ਗਏ 2, ਉਹਦੇ ਮੁੰਡੇ ਨੂੰ ਐਸਸੀ ਕਮਿਸ਼ਨ ਦਾ ਆਗੂ ਬਣਾ ਦਿੱਤਾ ਗਿਆ ਜ਼ਿਲ੍ਹੇ ਦਾ। ਸੋ ਉਹ ਪਾ ਕੇ ਸਾਫਾ ਮੁੜ ਕੇ ਅਕਾਲੀ ਬਣ ਗਿਆ, ਹੈ ਅਕਾਲੀ ਸੀ ਪਹਿਲਾਂ ਹੀ, ਪਰ ਉਹ ਸਭ ਕੁਛ ਸਕੀਮ ਦੇ ਨਾਲ ਕੀਤਾ ਗਿਆ। ਬਹੁਤੀਆਂ ਥਾਵਾਂ ਤੇ ਇਸ ਤਰ੍ਹਾਂ ਵੀ ਹੋਇਆ, ਬਹੁਤੀਆਂ ਥਾਵਾਂ ਤੇ ਇਹਨਾਂ ਦਾ ਆਪਦਾ ਪਾਠਕ ਵੀ ਹੈ ਜਿਹੜਾ, ਉਹ ਵੀ ਕੰਮ ਖਰਾਬ ਕਰ ਗਿਆ। ਹੁਣ ਸਥਿਤੀ ਉਹੋ ਜਿਹੀ ਹੈ ਜਿਹੋ ਜੀ 2012 ਦੇ ਵਿੱਚ ਸੀ, ਇਨ ਭਿੰਨ ਉਹੋ ਜਿਹੀ ਲੱਗਦੀ ਹੈ, ਕਿਉਂਕਿ 19 ਸੀਟਾਂ ਇਹੋ ਜਿਹੀਆਂ ਨੇ ਜਿੱਥੇ ਇਹਨਾਂ ਨੂੰ ਬਗਾਵਤ ਦਾ ਸਿੱਧਾ ਸਾਹਮਣਾ ਕਰਨਾ ਪੈ ਰਿਹਾ। 19 ਸੀਟਾਂ ਦੇ ਵਿੱਚ ਜਲੰਧਰ ਵੈਸਟ ਵੀ ਆ, ਨਕੋਦਰ ਵੀ ਹੈ, ਲੁਧਿਆਣਾ ਨੌਰਥ ਵੀ ਆ, ਪਠਾਨਕੋਟ ਵੀ ਆ, ਭੋਆ ਵੀ ਆ, ਸੁਜਾਨਪੁਰ ਆ, ਬੰਗਾ, ਜਿੱਥੋਂ ਮੇਰੇ ਖਿਆਲ ਦੇ ਨਾਲ ਤਰਲੋਚਨ ਸੁੰਡੋ ਜੁੱਤੀ ਵਾਲਾ ਸੀਗਾ। ਇਹੋ ਜਿਹੀਆਂ ਸੀਟਾਂ ਨੇ 19 ਸੀਟਾਂ। ਤੇ ਜੇ ਗੱਲ ਕਰੀਏ ਆਪਾਂ ਅਕਾਲੀਆਂ ਦੀ, ਤੇ ਅਕਾਲੀਆਂ ਦੇ ਵਿੱਚੋਂ 5-7 ਜਿਹੜੇ ਸੀਗੇ ਉਹ ਤੇ ਪਹਿਲੇ ਬਾਗੀ ਹੋ ਗਏ, ਜਿਹੜੇ ਇਹਨਾਂ ਦੇ MLA ਸਨ, ਫਲੌਰ ਵਰਗੇ, ਪ੍ਰਗਟ ਸਿੰਘ ਵਰਗੇ, ਬੀਬੀ ਰਾਜਵਿੰਦਰ ਕੌਰ ਭਾਗੀ ਕੇ ਜਾਂ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ, ਉਹ ਚਲੇ ਗਏ। ਪਰ ਹਾਲੇ ਵੀ 5 ਬਾਗੀ ਆ ਜਿਹੜੇ ਉਹ ਇਹਨਾਂ ਦੇ ਖਿਲਾਫ ਮੈਦਾਨ 'ਚ ਡਟੇ ਹੋਏ ਆ ਆਜ਼ਾਦ ਉਮੀਦਵਾਰ ਵਜੋਂ। ਭਾਰਤੀ ਜਨਤਾ ਪਾਰਟੀ ਦਾ ਵੀ ਇੱਕ ਆ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ ਮੈਦਾਨ ਦੇ ਵਿੱਚ ਆ। ਆਮ ਆਦਮੀ ਪਾਰਟੀ ਇਸ ਮਾਮਲੇ 'ਚ ਥੋੜ੍ਹੀ ਜਿਹੀ ਖੁਸ਼ਕਿਸਮਤ ਆ, ਉਹ ਇਸ ਕਰਕੇ ਕਿਉਂਕਿ ਉਹਨਾਂ ਦੇ ਵਿੱਚ ਉਥਲ ਪੁਥਲ ਪਹਿਲਾਂ ਹੀ ਬਹੁਤ ਹੋ ਗਈ ਸੀ, ਬਹੁਤ ਪਹਿਲਾਂ ਸਮਾਂ ਉਹਨਾਂ ਨੇ ਇਹੋ ਜਿਹੀ ਸਥਿਤੀ ਨਾਲ ਨਜਿੱਠ ਲਿਆ। ਹੁਣ ਉਹਨਾਂ ਨੂੰ ਬਹੁਤੀ ਥਾਂ 'ਤੇ ਇਹੋ ਜਿਹਾ ਕਿਤੇ ਵੀ ਸਮੀਕਰਨ ਹੈ ਜਿਹੜਾ ਉਹ ਸਾਹਮਣੇ ਦਰਪੇਸ਼ ਨਹੀਂ ਆਉਂਦਾ, ਕਿਉਂਕਿ ਜਾਂ ਤੇ ਉਹਨਾਂ ਦੇ ਜਿਹੜੇ ਰੁੱਸੇ ਵੁੱਸੇ ਸਨ ਉਹ ਚਲੇ ਗਏ, ਆਪੋ ਆਪਣਾ ਬਿਲਾ ਕਰ ਗਏ, ਤੇ ਜਾਂ ਫਿਰ ਜਿਹੜੇ ਰੁੱਸੇ ਮੁੱਸੇ ਸਨ ਉਹ ਇਹਨਾਂ ਦੇ ਨਾਲ ਤੁਰ ਪਏ। ਸੋ ਆਮ ਆਦਮੀ ਪਾਰਟੀ ਥੋੜ੍ਹੀ ਜਿਹੀ ਬਿਹਤਰ ਨਜ਼ਰ ਆਉਂਦੀ ਆ। ਕਾਂਗਰਸ ਵਾਲੇ ਇਸ ਕਰਕੇ ਕਲਪਣ ਡਏ ਆ ਕਿ ਜਿਹੜੀਆਂ 19-20 ਸੀਟਾਂ ਤੇ ਸਿੱਧੇ ਰੂਪ ਦੇ ਵਿੱਚ ਸਾਨੂੰ ਬਾਗੀਆਂ ਤੋਂ ਚੁਣੌਤੀ ਮਿਲਦੀ ਪਈ ਆ, ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਅਸੀਂ ਇਹਨਾਂ ਦੀ ਵਜ੍ਹਾ ਨਾਲ ਫੇਰ ਮਾਂਝੇ ਜਾਈਏ। ਇਸ ਕਰਕੇ ਕਪਤਾਨ ਨੇ ਪਹਿਲਾਂ ਤੇ ਪਲੋਸ ਕੇ ਵੀ ਵੇਖ ਲਿਆ, ਹੁਣ ਉਹਨੇ ਡਰਾਵਾ ਵੀ ਦਿੱਤਾ। ਹੁਣ ਵੇਖਣਾ ਇਹ ਹੋਏਗਾ ਕਿ ਪਲੋਸੇ ਤੋਂ ਜਿਹੜੇ ਸੂਤ ਨਹੀਂ ਆਏ ਕਿ ਡਰਾਵੇ ਤੋਂ ਸੂਤ ਆ ਜਾਣਗੇ। ਜੇ ਡਰਾਵੇ ਤੋਂ ਸੂਤ ਨਹੀਂ ਆਉਂਦੇ ਤੇ ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਕੋਈ ਹੋਰ ਹੱਲ ਖੋਜਣਾ ਪਵੇਗਾ, ਨਹੀਂ ਤੇ ਬੇੜੀ ਫੇਰ ਰੋੜ ਦੇਣਗੇ ਇਹਨਾਂ ਦੀ। ਜੀ ਜੀ ਤੇ ਮਿੰਟੂ ਜੀ, ਜੇ ਅਗਲੀ ਗੱਲ ਕਰੀਏ ਵੀ ਨਵਜੋਤ ਸਿੱਧੂ ਇੱਕ ਵਾਰੀ ਫੇਰ ਧਾਰਮਿਕ ਵਿਵਾਦ ਦੇ ਵਿੱਚ ਫਸਿਆ ਹੈ। ਦੇਖੋ ਨਵਜੋਤ ਸਿੱਧੂ ਬਹੁਤ, ਮੈਂ ਕਹਾਂਗਾ ਕਿ ਬੰਦਾ ਨਾ ਬੌਧਿਕ ਤੌਰ ਤੇ ਬੜਾ ਵਿਕਸਿਤ ਬੰਦਾ ਆ, ਬੜੀ ਕਈ ਵਾਰ ਡੂੰਘੀ ਗੱਲ ਵੀ ਕਰਦਾ, ਜਾਣਕਾਰ ਬਹੁਤ ਆ, ਇਤਿਹਾਸ ਮਿਤਿਹਾਸ ਹਰੇਕ ਧਰਮ ਦੀ ਜਾਣਕਾਰੀ ਰੱਖਦਾ ਹੈ। ਪਰ ਪਤਾ ਨਹੀਂ ਕਿਉਂ ਇਹ ਬੰਦਾ ਗੈਰ ਗੰਭੀਰ ਆ। ਗੰਭੀਰਤਾ ਇਸ ਬੰਦੇ ਦੇ ਸੁਭਾਅ ਦੇ ਵਿੱਚ ਨਹੀਂ ਆਈ, ਚਾਹੇ ਕ੍ਰਿਕਟ ਖੇਡਦਾ ਸੀ, ਚਾਹੇ ਕਮੈਂਟਰੀ ਕਰਦਾ ਸੀ,
ਚਾਹੇ ਉੱਥੇ ਤਾੜੀਆਂ ਮਾਰਨ ਦਾ ਕੰਮ ਕਰਦਾ ਸੀਗਾ, ਚਾਹੇ ਉਹ ਸਿਆਸਤ ਦੇ ਵਿੱਚ ਵਿਚਰਦਾ, ਕਿਤੇ ਵੀ ਗੰਭੀਰਤਾ ਜਿਹੜੀ ਉਹ ਇਹਦੇ ਸੁਭਾਅ ਦਾ ਹਿੱਸਾ ਨਹੀਂ ਬਣ ਸਕੀ। ਸੋ ਨਵਜੋਤ ਸਿੱਧੂ ਦਾ ਜਿਹੜਾ ਇਹ ਗੈਰ ਗੰਭੀਰ ਵਤੀਰਾ ਹੈ, ਇਹ ਕਈ ਵਾਰ ਇਹਦਾ ਅੱਗੇ ਨੁਕਸਾਨ ਕਰਾ ਚੁੱਕਾ। ਸਭ ਤੋਂ ਵੱਡਾ ਉਦਾਹਰਨ ਤਾਂ ਇਹ ਹੈ ਕਿ 2014 ਦੇ ਵਿੱਚ ਵੀ ਇਹਨੇ ਗੁਰਬਾਣੀ ਨੂੰ ਲੈ ਕੇ ਇੱਕ ਇਸੇ ਤਰ੍ਹਾਂ ਦਾ ਹੀ ਅਨਾਦਰ ਕਰ ਦਿੱਤਾ ਸੀਗਾ। ਉਦੋਂ ਬੜਾ ਰੌਲਾ ਪਿਆ ਅਤੇ ਇਹਨੇ ਆਖਿਆ ਇਹ ਅਕਾਲੀ ਰੌਲਾ ਪਾਉਂਦੇ, ਅਕਾਲੀ ਰੌਲਾ ਪੈਂਦੇ। ਕਸ਼ਮੀਰ ਦੇ ਵਿੱਚ ਗਿਆ ਅਤੇ ਉੱਥੇ ਅਟੈਕ ਹੋ ਗਿਆ ਦੀ ਗੱਡੀ 'ਤੇ, ਸਾਰਿਆਂ ਨੂੰ ਪਤਾ ਹੋਣਾ, ਯਾਦ ਆ ਗਿਆ ਹੋਣਾ ਸਾਰਿਆਂ ਨੂੰ। ਅਤੇ ਮੁੜ ਕੇ ਕਹਿੰਦਾ ਜੀ ਇਹ ਅਟੈਕ ਅਕਾਲੀਆਂ ਨੇ ਕਰਵਾਇਆ, ਅਕਾਲੀਆਂ ਨੇ ਕਰਵਾਇਆ। ਅਕਾਲੀਆਂ ਨੇ ਨਹੀਂ ਸੀ ਕਰਵਾਇਆ, ਉਹ ਸਿੱਖਾਂ ਦਾ ਰੋਹ ਸੀਗਾ। ਉੱਥੇ ਇਹਦੇ ਇੱਟ ਪੱਥਰ ਜਿਹੜਾ ਮਾਰਿਆ ਗਿਆ ਗੱਡੀ 'ਤੇ, ਉਹ ਇਸੇ ਚੀਜ਼ ਨੂੰ ਲੈ ਕੇ ਸੀ। ਬਾਅਦ ਦੇ ਵਿੱਚ ਇਹਨੇ ਮਾਫ਼ੀ ਵੀ ਮੰਗੀ, ਚਲੋ ਮਸਲਾ ਸੁਲਟ ਗਿਆ, ਉਹ ਜਾਣੇ ਅਣਜਾਣੇ 'ਚ ਹੋ ਸਕਦਾ। ਪਰ ਕੱਲ੍ਹ ਇਹਨੇ ਫਿਰ ਇਹੋ ਜਿਹਾ ਪੰਗਾ ਪਾਇਆ ਕਿ ਜਦੋਂ ਇਹ ਉੱਥੇ ਅੰਮ੍ਰਿਤਸਰ ਦੇ ਵਿੱਚ ਰੈਲੀ ਕਰਦਾ ਪਿਆ ਸੀ, ਇਹਨੇ ਕੈਪਟਨ ਅਮਰਿੰਦਰ ਨੂੰ ਮਰਦ ਅਗੰਬੜਾ ਕਹਿ ਦਿੱਤਾ, ਜਿਹੜਾ ਕਿ ਆਮ ਤੌਰ 'ਤੇ ਸਿੱਖ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਭਾਵ ਦੇ ਨਾਲ ਸੰਬੋਧਨ ਕਰਦੇ ਆ, ਉਹ ਸ਼ਬਦ ਇਹਨੇ ਉੱਧਰ ਬੋਲ ਦਿੱਤਾ। ਫਿਰ ਇੱਥੇ ਨਹੀਂ ਟਿਕਿਆ, ਫਿਰ ਅੱਗੇ ਜਾ ਕੇ ਆਖ ਦਿੱਤਾ ਕਿ ਕਾਂਗਰਸ ਕੀ ਸਰਕਾਰ ਬਣਾਉਂ ਤਵੇ ਨਵਜੋਤ ਸਿੰਘ ਸਿੱਧੂ ਨਾਮ ਕਹਾਉਂ। ਇਹ ਵੀ ਤੁਹਾਨੂੰ ਪਤਾ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਅਦਬ ਸਤਿਕਾਰ ਵਜੋਂ ਬੋਲਿਆ ਜਾਂਦਾ ਹੈ। ਜੀ ਜੀ। ਸੋ ਇਹ ਚੀਜ਼ਾਂ ਇਹਨੇ ਦੁਹਰਾ ਕੇ ਫਿਰ ਆਪਣੇ ਆਪ ਨੂੰ ਸਿਆਪੇ 'ਚ ਪਾ ਲਿਆ, ਕਿਉਂਕਿ ਐਸ ਜੀ ਪੀ ਸੀ ਹੈ ਜਿਹੜੀ ਉਹ ਹੁਣ ਅਕਾਲ ਤਖ਼ਤ 'ਤੇ ਜਾਣ ਨੂੰ ਤਿਆਰ ਆ। ਅਕਾਲੀ ਤਾਂ ਤੁਹਾਨੂੰ ਪਤਾ ਪਹਿਲਾਂ ਹੀ ਉਹ ਥੁੱਕ ਲਾਈ ਬੈਠੇ ਆ ਮੁੱਠੀਆਂ ਨੂੰ ਕਿ ਕਦੋਂ ਸਿੱਧੂ ਹੈ ਜਿਹੜਾ ਉਹ ਟੇਟੇ ਚੜ੍ਹੇ। ਸੁਖਬੀਰ ਸਿੰਘ ਬਾਦਲ 'ਤੇ ਹੱਥਾਂ 'ਤੇ ਚੱਕ ਵੱਢਦਾ ਪਿਆ ਵੀ ਕਿਸੇ ਵੇਲੇ ਕੰਮ ਸੂਤ ਆ ਜਾਵੇ, ਕਿਤੇ ਦੁਬਾਰਾ ਆ ਜਾਵਾਂ ਫਿਰ ਇਹਨੂੰ ਦੱਸਾਂ। ਸੋ ਉਹ ਮੇਰੇ ਖਿਆਲ ਦੇ ਨਾਲ ਉਹ ਮੁੱਦਾ ਉੱਥੇ ਬਣੇਗਾ ਹੀ ਬਣੇਗਾ, ਅਕਾਲ ਤਖ਼ਤ 'ਤੇ ਜਾਏਗਾ ਜਾਏਗਾ। ਕੱਲ੍ਹ ਨੂੰ ਨਵਜੋਤ ਸਿੱਧੂ ਦਾ ਉਹੋ ਜਿਹਾ ਹਸ਼ਰ ਵੀ ਹੋ ਸਕਦਾ ਜਿਹੋ ਜਿਹਾ ਪਹਿਲਾਂ ਅਸੀਂ ਬਹੁਤ ਸਾਰੇ ਲੀਡਰਾਂ ਦਾ ਵੇਖ ਚੁੱਕੇ ਹਾਂ। ਕਿਸੇ ਸਭਾ ਦੇ ਵਿੱਚ ਕੋਈ ਉਹੋ ਜਿਹਾ ਵਿਰੋਧ ਹੋ ਗਿਆ ਜਿਹੋ ਜਿਹਾ ਪਿੱਛੇ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਹੋਇਆ, ਤੇ ਫਿਰ ਅਸੀਂ ਵੀ ਸਾਰੇ ਆਲੋਚਨਾ ਕਰਾਂਗੇ ਤੇ ਇਹ ਆਪ ਵੀ ਪਿੱਟਦਾ ਫਿਰੂ ਕਿ ਇਹ ਗਲਤ ਹੋਇਆ। ਇਸ ਤੋਂ ਪਹਿਲਾਂ ਇਹਨੂੰ ਇਹ ਮਾਮਲਾ ਨਜਿੱਠ ਲੈਣਾ ਚਾਹੀਦਾ ਔਰ ਖੁਦ ਨੂੰ ਗੰਢ ਦੇਣੀ ਚਾਹੀਦੀ ਹੈ ਕਿ ਜੇਕਰ ਤੁਸੀਂ ਕੋਈ ਉਦਾਹਰਨ ਦੇਣੀ ਹੈ, ਇਹੋ ਜਿਹੇ ਬੌਧਿਕ ਪੱਧਰ ਦਾ ਬੰਦਾ ਜੇ ਹਵਾਲੇ ਦੇਣ 'ਤੇ ਆਵੇ, ਉਦਾਹਰਨ ਦੇਣ 'ਤੇ ਆਵੇ, ਤੇ ਸਮਾਜੀ ਉਦਾਹਰਨਾਂ ਵਾਧੂ ਪਈਆਂ, ਜ਼ਰੂਰ ਕਿਸੇ ਧਰਮ ਦੇ ਨਾਲ ਛੇੜਛਾੜ ਕਰਨੀ ਹੈ। ਨਵਜੋਤ ਸਿੱਧੂ ਨੂੰ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ, ਅਤੀਤ ਤੋਂ ਥੋੜ੍ਹਾ ਜਿਹਾ ਸਿੱਖਣਾ ਚਾਹੀਦਾ ਕਿ ਜਦੋਂ 2014 ਦੇ ਇਲੈਕਸ਼ਨ ਦੇ ਵਿੱਚ ਅਰੁਣ ਜੇਤਲੀ ਦੀ ਪੂਰੀ ਚੜ੍ਹਤ ਬਣਦੀ ਪਈ ਸੀ, ਠੀਕ ਇਹੋ ਜਿਹੀ ਗਲਤੀ ਬਿਕਰਮਜੀਤ ਮਜੀਠੀਆ ਨੇ ਕੀਤੀ, ਭਾਵੇਂ ਕਿ ਮੁੜ ਕੇ ਉਹ ਜਹਾਜ਼ੇ ਚੜ੍ਹ ਕੇ ਇੱਕੇ ਦਿਨ ਸਾਰੇ ਤਖ਼ਤਾਂ 'ਤੇ ਧਾਰਮਿਕ ਸਜ਼ਾ ਵੀ ਭੁਗਤਾ ਆਇਆ, ਪਰ ਬਾਅਦ ਦੇ ਵਿੱਚ ਅਰੁਣ ਜੇਤਲੀ ਨਾਲ ਜਿਹੜੀ ਲੋਕਾਂ ਨੇ ਕੀਤੀ ਉਹ ਸਾਰਿਆਂ ਨੂੰ ਪਤਾ ਹੈ। ਜੇਤਲੀ ਅੱਜ ਵੀ ਜਦੋਂ ਅੰਮ੍ਰਿਤਸਰੋਂ ਲੰਘਦਾ ਤਾਂ ਉਹਨੂੰ ਧਰਨ ਪੈਂਦੀ ਹੈ, ਕਿਉਂਕਿ ਲੋਕਾਂ ਨੇ ਬਹੁਤ ਬੁਰੀ ਕੀਤੀ ਸੀ ਬਾਅਦ 'ਚ ਉਹਦੇ ਨਾਲ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ, ਕੈਪਟਨ ਅਮਰਿੰਦਰ ਨੇ ਫਿਰ ਦਿੱਤੀ ਹੈ ਬਾਦਲ ਨੂੰ ਚੁਣੌਤੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤੀ ਕਰਨ ਦਾ ਢੰਗ ਨਹੀਂ ਬਦਲਿਆ ਜਾ ਸਕਦਾ, ਕਿਉਂਕਿ ਉਹ ਆਪ ਹੀ ਕਹਿੰਦਾ ਕਿ ਮੇਰਾ ਆਖਰੀ ਇਲੈਕਸ਼ਨ ਆ। ਇਹ ਗੱਲ ਵੱਖਰੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਕੱਲ੍ਹ ਉਹਦੇ ਇਸ ਬਿਆਨ 'ਤੇ ਜੋ ਪ੍ਰਤੀਕਰਮ ਦਿੱਤਾ, ਉਹ ਬੋਲਣ ਲੱਗਿਆ ਵੀ ਮੈਨੂੰ ਠੀਕ ਨਹੀਂ ਲੱਗਦਾ ਕਿ ਉਹਨੇ ਤਾਂ ਇਹ ਕਹਿਤਾ ਕਿ ਇਹ ਤਾਂ ਸੰਸਾਰ ਤੋਂ ਜਾਣ ਵਾਲਾ, ਬਸ ਤਾਂ ਹੀ ਕਹੀ ਜਾਂਦਾ ਕਿ ਇਹ ਆਖਰੀ ਇਲੈਕਸ਼ਨ ਆ। ਸੋ ਇੱਥੋਂ ਤੱਕ ਚਲੇ ਗਏ, ਬਹੁਤ ਅੱਗੇ ਤੱਕ ਚਲੇ ਗਏ ਸਾਡੇ ਸਿਆਸਤਦਾਨ, ਆ ਜਿਹੜੀਆਂ ਬੋਲੀਆਂ ਬੋਲਦੇ ਪਏ, ਚੁਣੌਤੀਆਂ ਦਿੰਦੇ ਪਏ ਆ, ਠੀਕ ਉਹੀ ਮਾਹੌਲ ਬਣਦਾ ਜਾਂਦਾ ਹੈ ਜਿਹੜਾ 2012 ਦੇ ਵਿੱਚ ਤੁਹਾਨੂੰ ਯਾਦ ਹੋਣਾ। ਖੁੰਡੇ ਖੜਕਦੇ ਸਨ, ਲਲਕਾਰੇ ਵੱਜਦੇ ਸਨ, ਥਾਪੀਆਂ ਹਿੱਕਾਂ ਕੁੱਟੀਆਂ ਜਾਂਦੀਆਂ ਸਨ, ਉਹ ਸਭ ਕੁਛ ਉਹੀ ਹੋ ਰਿਹਾ। ਅੱਜ ਮੋਗੇ ਦੇ ਵਿੱਚ ਸੀਗਾ ਕੈਪਟਨ ਅਮਰਿੰਦਰ ਸਿੰਘ, ਇਹਨੇ ਇੱਕ ਤਾਂ ਸਿੱਧੇ ਰੂਪ ਦੇ ਵਿੱਚ ਜੋ ਕਿ ਅਕਸਰ ਹੁਣ ਕਹਿੰਦੇ ਆ, ਕਿਉਂਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੀਆਂ ਜੋ ਬੇਅਦਬੀਆਂ ਹੋਈਆਂ ਉਹ ਇਸ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਆ, ਸਭ ਨੂੰ ਦੁੱਖ ਆ। ਪਰ ਇਹ ਇੱਕ ਗੱਲ ਸੋਚਣ ਦਾ ਵਿਸ਼ਾ ਕਿ ਕੋਈ ਮੁੱਖ ਮੰਤਰੀ ਆਪਣੇ ਤੌਰ 'ਤੇ ਤਾਂ ਕਰਵਾ ਨਹੀਂ ਸਕਦਾ ਆਪਣੇ ਰਾਜ ਦੇ ਵਿੱਚ, ਇਹ ਤਾਂ ਸਭ ਨੂੰ ਪਤਾ ਹੈ। ਹਾਂ ਠੀਕ ਆ ਕਿ ਉਹਦੇ ਸ਼ਾਸਨ ਕਾਲ ਦੇ ਵਿੱਚ ਹੋਈਆਂ, ਜ਼ਿੰਮੇਵਾਰੀ ਹੈ ਉਹਦੀ, ਜ਼ਿੰਮੇਵਾਰੀ ਆ, ਪ੍ਰਸ਼ਾਸਕੀ ਜ਼ਿੰਮੇਵਾਰੀ ਆ। ਪਰ ਕੈਪਟਨ ਅਮਰਿੰਦਰ ਸਿੰਘ ਅਤੇ ਜਾਂ ਅਰਵਿੰਦ ਕੇਜਰੀਵਾਲ ਹੋਇਆ ਜਾਂ ਹੋਰ ਉਹਦੇ ਸਿਆਸੀ ਵਿਰੋਧੀ ਆ, ਉਹ ਅੱਜ ਕੱਲ੍ਹ ਸਿੱਧੇ ਤੌਰ 'ਤੇ ਜਦੋਂ ਦੇਹਾਤ ਜਾਂ ਆਮ ਸਧਾਰਨ ਵੋਟਰ ਦੇ ਵਿੱਚ ਜਾਂਦੇ ਆ, ਉਹ ਇੱਕੋ ਗੱਲ ਹੀ ਕਹਿੰਦੇ ਆ ਕਿ ਇਹਨੇ ਬੇਅਦਬੀ ਕਰਵਾਈ, ਕਿਉਂਕਿ ਇੱਕ ਧਾਰਮਿਕ ਪ੍ਰਾਪੇਗੰਡਾ ਹੈ ਸਿਆਸਤ ਦਾ, ਉਹ ਕੀਤਾ ਜਾਂਦਾ, ਚਲੋ ਕਰੀ ਜਾਣ ਵੱਖਰੀ ਗੱਲ ਆ, ਇਹਨਾਂ ਨੇ ਕੀਤਾ। ਪਰ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਿਰ ਅਲਫਾਜ਼ ਉਹੀ ਬੋਲਿਆ, ਕਹਿੰਦਾ ਕਿ ਚਾਹੇ ਬਾਦਲ ਬੁੱਢਾ ਹੋ ਗਿਆ ਪਰ ਜੇਲ੍ਹ 'ਚ ਤੈਨੂੰ ਜਾਣਾ, ਜੇਲ੍ਹ 'ਚ ਤੈਨੂੰ ਮੈਂ ਧੱਕ ਕੇ ਰਹੂੰ। ਜੋ ਜਿਵੇਂ ਉਹ ਬੋਲਦਾ, ਜੋ ਉਹਦਾ ਅੰਦਾਜ਼ ਆ, ਉਸੇ ਅੰਦਾਜ਼ ਦੇ ਵਿੱਚ ਉਹ ਬੋਲਿਆ। ਹਾਲਾਂਕਿ ਉਹਨੇ ਮੋਗਾ ਦੇ ਜਿਹੜੇ ਵਿਧਾਇਕ ਆ, ਉੱਥੋਂ ਦੇ ਮੰਤਰੀ ਵੀ ਆ, ਤੋਤਾ ਸਿੰਘ ਅਤੇ ਤੋਤਾ ਸਿੰਘ ਦੇ ਮੁੰਡੇ ਦੀ ਵੀ ਬੜੀ ਲਾਹ ਪਾਹ ਕੀਤੀ ਹੈ, ਬਹੁਤ ਦੂਰ ਤੱਕ ਗਿਆ। ਪਰ ਜੋ ਉਹਨੇ ਇੱਕ
ਹਿੰਡ ਫੜੀ ਹੋਈ ਹੈ ਕਿ ਜਿੱਦ ਫੜੀ ਹੋਈ ਹੈ ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਅਪਸ਼ਬਦ ਬੋਲਣ ਦੀ, ਉਹ ਟਲਦਾ ਨਹੀਂ ਕਿਸੇ ਗੱਲੋਂ ਵੀ, ਟਲਦਾ ਨਹੀਂ ਚਾਹੇ ਕੁਛ ਵੀ ਹੋ ਜਾਵੇ, ਚਾਹੇ ਸੁਖਬੀਰ ਬਾਦਲ ਕਿੱਡਾ ਵੀ ਕਰੜਾ ਜਵਾਬ ਦੇਈ ਜਾਵੇ, ਉਹ ਟਲਦਾ ਨਹੀਂ ਗਾ। ਹੁਣ ਦੇਖੋ 3-4 ਵਾਰੀ ਹੋ ਗਿਆ ਜਦੋਂ ਵੀ ਪੈਂਦਾ ਕੈਪਟਨ ਅਮਰਿੰਦਰ ਸਿੰਘ ਉਹਨੂੰ ਕਹਿ ਦਿੰਦਾ ਬੁੱਢਾ ਇਹ ਬਾਬਾ ਇਹਨੂੰ ਮੈਂ ਘਰ 'ਚ ਮਾਂਜੂ, ਇਹਨੂੰ ਘਰ 'ਚ ਮੈਂ ਭੁੰਨ ਕੇ ਆਊਂ। ਦੇਖੋ ਜਦੋਂ ਉਹ ਇਸ ਤਰ੍ਹਾਂ ਬੋਲਦਾ ਕੈਪਟਨ ਅਮਰਿੰਦਰ ਸਿੰਘ 'ਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਹ ਜਿਵੇਂ ਅੰਡਰ 19 ਹਾਕੀ ਟੀਮ ਦਾ ਕਪਤਾਨ ਹੋਵੇ, ਆਪ ਉਹ 74 ਸਾਲਾਂ ਦਾ, ਅਤੇ ਜਦੋਂ ਵੀ ਬੋਲਦਾ ਫਲਾਣਾ ਬੁੱਢਾ ਫਲਾਣਾ ਐਂ, ਮੈਂ ਇਹਨੂੰ ਐਂ ਕਰ ਦੂੰ, ਇਸ ਤਰ੍ਹਾਂ ਬੋਲਣਾ ਨਹੀਂ ਚਾਹੀਦਾ। ਅਸੀਂ ਕਹਿੰਦੇ ਸਾਂ ਪਿੱਛੇ ਜੇ ਕਿ ਭਗਵੰਤ ਮਾਨ ਟਿਕਿਆ, ਕੱਲ੍ਹ ਭਗਵੰਤ ਮਾਨ ਵੀ ਬੋਲਿਆ, ਕਹਿੰਦਾ ਜੀ ਇਹਨਾਂ ਦੇ ਝੰਡਿਆਂ ਦੇ ਕੱਛੇ ਬਣਾਓ। ਹੁਣ ਇੱਕ ਪਾਰਟੀ ਦੇ ਬਾਰੇ ਕਹਿੰਦਾ ਸੀ ਕਿ ਫਲਾਣਿਆਂ ਦੀ ਪਾਰਟੀ ਦੇ ਝੰਡਿਆਂ ਦੇ ਕੱਛੇ ਬਣਾਓ ਅਤੇ ਜਵਾਕਾਂ ਨੂੰ ਤੇੜ ਪਾਓ ਅਤੇ ਉੱਤੇ ਜਿਹੜਾ ਪੋਚਾ ਫਿਰ ਉਹ ਝਾੜੂ ਦਾ ਚਲਾ ਦਿਓ। ਇਸ ਤਰ੍ਹਾਂ ਦੇ ਸ਼ਬਦ ਜਿਹੜੇ ਬੋਲਦੇ ਪਏ ਬੜੇ ਹੌਲੇ ਦਰਜੇ ਦੇ ਆ। ਪਤਾ ਨਹੀਂ ਕਿਉਂ ਸਾਡੇ ਸਿਆਸਤਦਾਨ ਹੈ ਜਿਹੜੇ ਸੰਜੀਦਾ ਨਹੀਂ ਹੋ ਰਹੇ। ਸੁਖਬੀਰ ਸਿੰਘ ਬਾਦਲ ਜਦੋਂ ਬੋਲਦਾ ਹੈ ਉਹ ਤੇ ਬਹੁਤਾ ਹੀ ਥੱਲੇ ਲੈ ਜਾਂਦਾ। ਉਹ ਜੋ ਉਹਨੇ ਨਵਜੋਤ ਸਿੱਧੂ ਬਾਰੇ ਬੋਲਿਆ, ਸ਼ਰਮ ਆਉਂਦੀ ਹੈ ਉਹ ਸ਼ਬਦ ਦੁਹਰਾਉਂਦਿਆਂ, ਪਰ ਅੱਗੋਂ ਜੋ ਨਵਜੋਤ ਸਿੱਧੂ ਬੋਲਿਆ ਉਹ ਅਸੀਂ ਬੋਲ ਨਹੀਂ ਸਕਦੇ। ਇਹੋ ਜਿਹੇ ਸ਼ਬਦ ਬੋਲਦੇ ਪਏ ਆ। ਪਰ ਗੱਲ ਇਹ ਹੈ ਕਿ ਅਸਲ ਮੁੱਦੇ ਕਿੱਥੇ ਆ? ਅਸਲ ਮੁੱਦਿਆਂ ਦੀ ਜੇ ਗੱਲ ਕਰੋ ਤੇ ਕਿਸੇ ਨੂੰ ਚੰਡੀਗੜ੍ਹ ਚਿੱਤ ਚੇਤੇ ਨਹੀਂ, ਕਿਸੇ ਨੂੰ SYL ਜੋ ਕਿ ਹੁਣੀ ਘੂਕਦੀ ਪਈ ਹੈ ਪੰਜਾਬ ਦੇ ਸਿਰ ਦੇ ਉੱਤੇ, ਬਿਲਕੁਲ ਮੰਡਰਾ ਰਹੀ ਹੈ, ਉਹਦੇ ਬਾਰੇ ਕੋਈ ਵੀ ਚਰਚਾ ਹੈ ਨਹੀਂ, ਕਿਤੇ ਵੀ ਚਰਚਾ ਹੈ ਨਹੀਂ। 47 'ਚ ਜੋ ਉਜਾੜਾ ਹੋਇਆ, 84 'ਚ ਜੋ ਕਹਿਰ ਬਰਪਿਆ, ਜੋ ਬੱਸਾਂ 'ਚੋਂ ਲਾਹ ਲਾ ਕੇ ਮਾਰੇ ਗਏ, ਜੋ ਪੱਠਿਆਂ ਦੇ ਟੱਕਾਂ 'ਚੋਂ ਚੁੱਕ ਚੁੱਕ ਕੇ ਮੁਕਾਬਲਿਆਂ 'ਚ ਮਾਰੇ ਗਏ, ਉਹ ਤੇ ਛੱਡੋ। ਤੁਸੀਂ ਦੇਖੋ ਕਿਸੇ ਸਮਾਜੀ ਮੁੱਦੇ 'ਤੇ ਵੀ ਰਾਜਨੀਤੀ ਨਹੀਂ ਹੋ ਰਹੀ। ਸਮਾਜੀ ਮੁੱਦੇ ਕੀ ਆ? ਮੈਂ ਜੇ ਤੁਹਾਨੂੰ ਦੱਸਾਂ ਤਾਂ ਪੰਜਾਬ ਦੇ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ, 3,44,000 ਪਰਿਵਾਰ ਹਾਲੇ ਵੀ ਦੀਵੇ ਦੀ ਲੋ ਥੱਲੇ ਰਹਿ ਰਹੇ ਆ, ਉਹਨਾਂ ਦੇ ਕੋਲ ਬਿਜਲੀ ਨਹੀਂ ਹੈ। ਸੋ ਅੱਗੇ ਚੱਲ ਕੇ ਜੇ ਆਪਾਂ ਦੇਖੀਏ 27 ਲੱਖ ਪਰਿਵਾਰ ਇਹੋ ਜਿਹਾ ਜਿਹਨਾਂ ਕੋਲ ਆਪਦੀ ਰਸੋਈ ਨਹੀਂ ਹੈ ਪੰਜਾਬ ਦੇ ਵਿੱਚ, ਅਰਥਾਤ ਉਹਨਾਂ ਦੇ ਕੋਲ ਸੌਣ ਲਈ ਇੱਕੋ ਕਮਰਾ ਹੈ, ਪਰਿਵਾਰ ਦੇ ਕੋਲ ਇੱਕੋ ਕਮਰਾ ਹੈ। ਹੁਣ ਇਹ ਦੇਖੋ ਕਿ 13,23,000 ਲੋਕਾਂ ਕੋਲ ਆਪਦਾ ਗੁਸਲਖਾਨਾ ਨਹੀਂ ਹੈ ਪੰਜਾਬ ਦੇ ਵਿੱਚ। 15% ਪਰਿਵਾਰ ਇਹੋ ਜਿਹੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਪਾਣੀ ਦੀ ਨਿਕਾਸੀ ਤੱਕ ਦਾ ਪ੍ਰਬੰਧ ਨਹੀਂ, ਦੇਖੋ ਜਿਨ੍ਹਾਂ ਦਾ ਪਾਣੀ ਵੀ ਨਹੀਂ ਨਿਕਲਦਾ ਕਰਦਾ ਕਿਸੇ ਪਾਸੇ। ਸੋ ਇਹੋ ਜਿਹੇ ਮੁੱਦੇ ਆ ਜਿਹੜੇ, ਉਹਨਾਂ ਮੁੱਦਿਆਂ ਤੇ ਬਹਿਸ ਹੋਣ ਦੀ ਥਾਂ ਤੇ ਇਹ ਬਹਿਸ ਕਦੇ ਤੇ ਹੋ ਰਹੀ ਹੈ, ਮੈਂ ਇਹਨੂੰ ਜੇਲ੍ਹ 'ਚ ਸੁੱਟ ਦੂੰ, ਮੈਂ ਆਊਂ ਤੇ ਐਂ ਕਰਕੇ ਆਉਂ ਕਰ ਦੂੰ, ਕਾਲਰ ਫੜ ਕੇ ਇਹਨੂੰ ਐਂ ਕਰ ਦੂੰ ਉਹ ਕਰ ਦੂੰ। ਮੁੱਦਾਹੀਨ ਸਿਆਸਤ ਹੈ ਜਿਹੜੀ, ਉਸਨੇ ਸਾਡੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਪਤਾ ਨਹੀਂ ਕਿਉਂ ਦੁੱਖ ਹੁੰਦਾ ਕਿ ਇਹ ਜਿਹੜੀ ਮੁੱਦਾਹੀਨ ਸਿਆਸਤ ਆ, ਉਹ ਸਾਡੇ ਹੱਟਾਂ 'ਤੇ ਵੀ ਬੜੀ ਚਰਚਿਤ ਹੁੰਦੀ ਹੈ, ਭੱਠਾਂ 'ਤੇ ਵੀ ਬੜੀ ਚਰਚਿਤ ਹੁੰਦੀ ਹੈ, ਵੱਟਾਂ 'ਤੇ ਵੀ ਬੜੀ ਚਰਚਿਤ ਹੁੰਦੀ ਹੈ। ਲੋਕ ਉਹਨੂੰ ਪਸੰਦ ਕਰਦੇ ਆ। ਇਹ ਲੋਕ ਹੁਣ ਜੇ ਟੇਸਟ ਬਦਲਣਗੇ ਤੇ ਅੱਗੋਂ ਇਹਨਾਂ ਦੀ ਬੋਲਬਾਣੀ ਬਦਲੀ ਜਾਣੀ ਹੈ, ਨਹੀਂ ਤਾਂ ਕੋਈ ਹਾਲਾਤ ਜਾਪਦੇ ਨਹੀਂ। ਸੁਧਾਰ ਆਏਗਾ ਜਦੋਂ 2022 ਆਊਗਾ, ਮੈਨੂੰ ਲੱਗਦਾ ਉਦੋਂ ਵੀ ਫਿਰ ਇਹੋ ਜਿਹੇ ਸ਼ਬਦ ਚੱਲਣਗੇ। ਜੇ ਲੋਕਾਂ ਨੇ ਇਹਨਾਂ ਨੂੰ ਨਾ ਨਕਾਰਿਆ, ਇਹ ਇਸੇ ਤਰ੍ਹਾਂ ਚੱਲੀ ਜਾਣਗੇ। ਜੀ ਜੀ ਮਿੰਟੂ ਜੀ, ਮੈਨੂੰ ਲੱਗਦਾ ਹੈ ਵਿਸ਼ਵ ਭਰ ਦੇ ਵਿੱਚ ਇੱਦਾਂ ਹੀ ਚੱਲਦਾ, ਲੋਕਾਂ ਨੂੰ ਜਿਹੜੀ ਆ ਇੱਦਾਂ ਦੀ ਨਿਊਜ਼ ਆ ਜ਼ਿਆਦਾ ਪਸੰਦ ਆਉਂਦੀ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕੰਧਵਾਲਾ ਪਥਰਾਅ ਕਾਂਡ ਦੇ ਕਥਿਤ ਦੋਸ਼ੀਆਂ ਨੂੰ ਰਾਜ਼ੀਨਾਮੇ ਬਦਲੇ ਵੋਟਾਂ ਪਾਉਣ ਦੀ ਸੌਦੇਬਾਜ਼ੀ ਦੀ ਪੇਸ਼ਕਸ਼ ਹੋਈ ਆ। ਦੇਖੋ ਕੰਧਵਾਲਾ ਉਹੀ ਪਿੰਡ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਪਥਰਾਅ ਹੋਇਆ ਸੀ, ਜਿਹਦੇ 'ਚ ਇੱਕ SP ਦੀ ਮੇਰੇ ਖਿਆਲ ਨਾਲ ਗੱਡੀ ਟੁੱਟ ਗਈ ਸੀ ਅਤੇ 2-3 ਬੰਦਿਆਂ ਦੇ ਦੰਦ ਬਲੂੰਦ ਵੀ ਟੁੱਟੇ ਸੀਗੇ ਜੀ। ਚਲੋ ਜੋ ਹੋਇਆ ਮਾੜਾ ਹੋਇਆ ਉੱਥੇ। ਉਸ ਤੋਂ ਬਾਅਦ ਕੀ ਹੋਇਆ ਕਿ ਇਸ ਕੇਸ ਦੇ ਵਿੱਚ ਇਹਨਾਂ ਨੇ 24 ਜਣੇ ਨਾਮਜ਼ਦ ਕੀਤੇ ਸਨ ਜੀ। ਉਹਨਾਂ ਦੇ ਵਿੱਚੋਂ ਵਧੇਰੇ ਆ ਜਿਹੜੇ ਉਹ 15-16 ਸਾਲ ਦੇ ਮੁੰਡੇ ਆ, ਯਾਨੀ ਜ਼ਿਆਦਾਤਰ 24 ਦੇ ਵਿੱਚੋਂ 15-16 ਸਾਲਾਂ ਦੇ ਮੁੰਡੇ, ਇਹਦਾ ਮਤਲਬ ਪੜ੍ਹਦੇ ਹੋਣੇ ਬਹੁਤੇ ਜ਼ਿਆਦਾ ਜੀ, ਬਹੁਤੇ ਵਿੱਚੋਂ ਪੜ੍ਹਦੇ ਆ। ਉਹਨਾਂ 'ਤੇ ਕੇਸ ਨਾਮਜ਼ਦ ਕਰ ਦਿੱਤਾ ਗਿਆ। ਕੇਸ ਦੇ ਵਿੱਚ ਜਦੋਂ ਬੰਦਾ ਨਾਮਜ਼ਦ ਹੋ ਜਾਂਦਾ ਫਿਰ ਅੱਗੋਂ ਭਵਿੱਖ 'ਤੇ ਵੀ ਤਲਵਾਰ ਲਟਕ ਜਾਂਦੀ ਹੈ, ਮਾਪੇ ਵੀ ਚਿੰਤਤ ਹੋ ਜਾਂਦੇ ਕਿ ਇਹਨੂੰ ਨੌਕਰੀ ਨਹੀਂ ਮਿਲਣੀ। ਸੋ ਡਰ ਬਣ ਜਾਂਦਾ, ਭੈ ਬਣ ਜਾਂਦਾ। ਉਸ ਭੈ ਦਾ ਹੁਣ ਫਾਇਦਾ ਚੁੱਕਿਆ ਜਾ ਰਿਹਾ। ਜਿਹੜੇ ਉੱਥੋਂ ਦੇ ਲੋਕਲ ਅਕਾਲੀ ਲੀਡਰ ਆ ਉਹ ਘਰਾਂ ਦੇ ਵਿੱਚ ਜਾ ਕੇ ਕਹਿੰਦੇ ਆ ਕਿ ਫਲਾਣਾ ਸਿਆਂ ਆ ਜਾ ਉੱਥੇ ਪੰਚਾਇਤ 'ਚ ਬਹਿ ਕੇ ਗੱਲ ਕਰ ਲੈਂਦੇ ਆ, ਫਲਾਣਾ ਸਿਆਂ ਆ ਜਾ ਸਾਰਿਆਂ ਨੂੰ ਇਕੱਠੇ ਕਰ ਲੈਂਦੇ ਆ। ਉਹ ਕਹਿੰਦੇ ਵੇਖੋ ਜੀ ਕੀਤਾ ਤਾਂ ਮੁੰਡਿਆਂ ਨੇ ਮਾੜਾ, ਪਰ ਅਸੀਂ ਇਹਨਾਂ ਦੀ ਜਾਨ ਛੱਡਣ ਨੂੰ ਤਿਆਰ ਹਾਂ, ਗੱਲ ਤੁਹਾਨੂੰ ਇੱਕ ਕਰਨੀ ਪਊ। ਹਾਂਜੀ ਦੱਸੋ ਜੀ ਕੀ ਕਰੀਏ, ਕੀ ਕਰ ਸਕਦੇ ਹਾਂ? ਉਹ ਕਹਿ ਦਿੰਦੇ ਆ ਕਿ ਇਸ ਤਰ੍ਹਾਂ ਕਰੋ, ਬਟਨ ਸਾਡੇ ਵਾਲਾ ਦਬਾਇਆ, ਪਰਚਾ ਅਸੀਂ ਵਾਪਸ ਲੈ ਲਵਾਂਗੇ। ਯਾਨੀ ਪਹਿਲਾਂ ਤੁਸੀਂ ਵੋਟਾਂ ਭੁਗਤਾ ਦਿਓ ਸਾਡੇ ਹੱਕ 'ਚ, ਤੇ ਅਸੀਂ ਨਤੀਜਾ ਆਉਣ ਤੋਂ ਬਾਅਦ ਪਰਚੇ ਵਾਪਸ ਲੈ ਲਾਂਗੇ। ਤੇ ਕਮਾਲ ਦੀ ਗੱਲ ਤੇ ਇਹ ਵੇਖੋ, ਜਿਹੜੀ ਪੁਲਿਸ ਨੇ 2 ਦਿਨ ਉੱਥੇ ਕਰਫਿਊ ਵਰਗਾ ਮਾਹੌਲ ਅਪਣਾਈ ਰੱਖਿਆ, ਬਣਾਈ ਰੱਖਿਆ, ਉਹ ਪੁਲਿਸ ਉੱਥੇ ਹੁਣ ਰੇਡ ਨਹੀਂ ਮਾਰਦੀ।
ਕਿਉਂ? ਕਿਉਂਕਿ ਉਹ ਜਿਹੜੇ ਉੱਥੋਂ ਦੇ ਬਹੁਤ ਵਾਰ ਆ, ਉੱਥੋਂ ਦੇ ਅਕਾਲੀ ਲੀਡਰ ਆ, ਉਹ ਕਹਿ ਦਿੰਦੇ ਜੀ ਨਹੀਂ ਸਾਡੀ ਗੱਲ ਚੱਲੀ ਜਾਂਦੀ, ਤੁਸੀਂ ਨਹੀਂ ਆਉਣਾ, ਤੁਸੀਂ ਵਿੱਚ ਆ ਕੇ ਕੰਮ ਨਾ ਖਰਾਬ ਕਰਿਓ, ਸਾਡਾ ਕੰਮ ਚੱਲੀ ਜਾਂਦਾ, ਜੇ ਤਾਂ ਸੌਦਾ ਵੱਜ ਗਿਆ ਠੀਕ ਆ, ਨਹੀਂ ਤਾਂ ਫਿਰ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਆ ਕੇ ਆਪਦਾ ਕੰਮ ਕਾਰ ਸ਼ੁਰੂ ਕਰ ਲਿਓ। ਸੋ ਇਹੋ ਜਿਹੀ ਸੌਦੇਬਾਜ਼ੀ ਹੋ ਰਹੀ ਹੈ। ਚਲੋ ਜੇ ਕਿਸੇ ਨੇ ਗਲਤੀ ਕੀਤੀ ਹੈ, ਕਾਨੂੰਨ ਉਹਨੂੰ ਉਹਦੀ ਗਲਤੀ ਦਾ ਡੰਡ ਦੇਵੇ, ਗਲਤੀ ਦੀ ਸਜ਼ਾ ਦੇਵੇ, ਪਰ ਆਹ ਜੋ ਸੌਦੇਬਾਜ਼ੀ ਹੋ ਰਹੀ ਹੈ, ਇਹ ਤਾਂ ਸੰਘੋ ਨਹੀਂ ਉਤਰਦੀ ਕਿ ਇਹ ਕਿਸ ਤਰ੍ਹਾਂ ਦੀ ਬਲੈਕਮੇਲਿੰਗ ਹੈ ਕਿ ਤੁਸੀਂ ਵੋਟ ਪਾਓ, ਅਸੀਂ ਆਪਣਾ ਪਰਚਾ ਜਿਹੜਾ ਵਾਪਸ ਲੈ ਲੈਂਦੇ ਹਾਂ, ਅਤੇ ਉਹ ਵੀ ਉਦੋਂ ਕਿ ਜਦੋਂ ਨਤੀਜਾ ਆ ਗਿਆ। ਸੋ ਉੱਥੋਂ ਦੇ ਜਿਹੜੇ ਮੁੰਡੇ ਭੱਜੇ ਪਏ ਆ, ਘਰ ਬਾਰ ਛੱਡਿਆ ਹੋਇਆ, ਦੋ ਚਾਰ ਜਿਹੜੇ ਆ ਜ਼ਮਾਨਤ ਕਰਵਾ ਕੇ ਆ ਗਏ ਆ, ਪਰ ਬਹੁਤੇ ਹਾਲੇ ਆਸੇ ਪਾਸੇ ਰਹਿੰਦੇ, ਟਾਲਾ ਰੱਖਦੇ ਆ। ਉਹਨਾਂ 'ਚੋਂ ਕਈ ਮੁੰਡੇ ਆ ਕਹਿੰਦੇ ਕਿ ਅਸੀਂ ਫਾਂਸੀ ਲੱਗ ਜਾਂਗੇ, ਫਾਹੇ ਚੜ੍ਹ ਜਾਂਗੇ, ਪਰ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ। ਇਹ ਕੋਈ ਢੰਗ ਹੋਇਆ? ਜੇ ਅਸੀਂ ਕੋਈ ਗਲਤੀ ਕੀਤੀ ਹੈ, ਕਿਉਂ ਕੀਤੀ? ਸਾਥੋਂ ਪੁੱਛਣ ਤਾਂ ਸਹੀ। ਉਹਨਾਂ ਦਾ ਕਹਿਣਾ ਇਹ ਆ ਕਿ ਅਸੀਂ ਇਹ ਗਲਤੀ ਤਾਂ ਕੀਤੀ ਹੈ ਕਿਉਂਕਿ ਸਾਡੇ ਪਿੰਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸਨ, ਸਾਡੇ ਪਿੰਡ ਦਾ ਇੱਕ ਵਫਦ ਜਿਹਦੇ ਵਿੱਚ ਬੀਬੀਆਂ ਵੀ ਸਨ ਮਿਲ ਗਿਆ, ਮਿਲਦੀ ਥਾਂ 'ਤੇ ਅੱਗੋਂ ਗੱਡੀ 'ਚ ਅੱਗੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਅੱਕ ਕੇ ਅਸੀਂ ਇਹ ਕਦਮ ਚੁੱਕਿਆ। ਸਾਥੋਂ ਉਹ ਗੱਲ ਤਾਂ ਪੁੱਛਦਾ ਹੀ ਕੋਈ ਨਹੀਂ। ਸਾਡੀਆਂ ਵੋਟਾਂ ਬਾਰੇ ਗੱਲ ਹੁੰਦੀ ਹੈ, ਸਾਡੇ ਪਰਚੇ ਬਾਰੇ ਗੱਲ ਹੁੰਦੀ ਹੈ, ਸਾਨੂੰ ਕੁੱਟਣ ਕਟਾਉਣ ਦੀ ਗੱਲ ਹੁੰਦੀ ਹੈ, ਅਸੀਂ ਇਹ ਕਦਮ ਕਿਉਂ ਚੁੱਕਿਆ? ਕੋਈ ਇਹਦੀ ਗੱਲ ਹੀ ਨਹੀਂ ਸੁਣਦਾ ਸਾਡੀ। ਇਹ ਇਸ ਤਰ੍ਹਾਂ ਦੀ ਸੌਦੇਬਾਜ਼ੀ ਇਸ ਇਲਾਕੇ 'ਚ ਪਹਿਲੀ ਵਾਰ ਨਹੀਂ ਹੋ ਰਹੀ। ਜਦੋਂ 2012 ਦੇ ਵਿੱਚ ਮਾਨਾ ਪਿੰਡ ਦੇ ਵਿੱਚ ਚੋਣ ਹਿੰਸਾ ਹੋਈ ਹੈ, ਤੁਹਾਨੂੰ ਸ਼ਾਇਦ ਯਾਦ ਹੋਣਾ ਹੈ, ਅਕਾਲੀਆਂ ਦੀਆਂ ਬਹੁਤ ਗੱਡੀਆਂ ਗੁੱਡੀਆਂ ਸਾੜ ਦਿੱਤੀਆਂ ਗਈਆਂ ਸਨ, ਬਾਦਲ ਦੇ ਨਾਲ ਹੀ ਪਿੰਡ ਹੈ ਮਾਨਾ। ਉੱਥੇ ਬਾਅਦ ਦੇ ਵਿੱਚ ਕੀ ਹੋਇਆ ਸੀ ਕਿ ਉੱਥੇ 300 ਸ਼ਾਇਦ ਬੰਦੇ 'ਤੇ ਪਰਚਾ ਦਰਜ ਕਰ ਦਿੱਤਾ ਸੀ। ਉੱਥੇ ਵੀ ਇਹੋ ਹੀ ਸੌਦਾ ਰੱਖਿਆ ਗਿਆ ਸੀ ਵੀ ਜਿਹੜਾ ਤਾਂ ਅਕਾਲੀਆਂ ਦਾ ਸਾਫਾ ਪਵਾ ਲੂ ਗੱਲ 'ਚ, ਉਹ ਤਾਂ ਪਰਚੇ 'ਚੋਂ ਬਾਹਰ ਆ, ਅਤੇ ਜਿਹੜਾ ਨਹੀਂ ਫਿਰ ਉਹ ਆਪਦਾ ਨਤੀਜਾ ਭੁਗਤ ਲਵੇ। ਹੋਇਆ ਕੀ ਸੀ ਕਿ ਜਿਨ੍ਹਾਂ ਨੇ ਤਾਂ ਸਰੋਪੇ ਪਵਾ ਲਏ, ਉਹਨਾਂ ਨੂੰ ਤਾਂ ਕੇਸ ਚੱਲਦੇ ਦੇ ਵਿੱਚੋਂ ਹੀ ਕੱਢ ਦਿੱਤਾ ਗਿਆ, ਕਢਾ ਦਿੱਤਾ ਗਿਆ, ਅਤੇ ਜਿਹੜੇ ਬੰਦੇ ਅੜ ਗਏ ਉਹਨਾਂ ਦੇ ਘਰਾਂ ਦੇ ਵਿੱਚ ਮੁੜ ਕੇ ਪਸ਼ੂ ਤੜਪ ਤੜਪ ਕੇ ਮਰੇ ਸਨ, ਬਹੁਤ ਬੁਰੀ ਕੀਤੀ ਸੀ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਾਇਆ ਜਾਂਦਾ ਹੈ, ਮਤਲਬ ਕਿ ਕੇਸਾਂ 'ਤੇ ਵੀ ਸੌਦੇਬਾਜ਼ੀ ਕਰ ਲਈ ਜਾਂਦੀ ਹੈ, ਇਹ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਦਿਖਾਉਂਦਾ ਹੈ। ਚਲੋ ਠੀਕ ਹੈ, ਜਿਹੜੀਆਂ ਘਟਨਾਵਾਂ ਵਾਪਰਦੀਆਂ, ਕਾਨੂੰਨ ਆਪਦੇ ਢੰਗ ਨਾਲ ਕੰਮ ਕਰੇ, ਪਰ ਕਾਨੂੰਨ ਨੂੰ ਹਾਈਜੈਕ ਕਰਕੇ ਇਹ ਸੌਦੇਬਾਜ਼ੀ ਇਹ ਠੀਕ ਨਹੀਂ ਜਾਪਦੀ। ਜੀ ਜੀ, ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਕਾਬਾ ਕਾਟਾ ਮਾਰੂ ਮੁਸਾਫਰਾਂ ਬਾਰੇ ਜਾਰੀ ਹੋਏ ਹੁਕਮਨਾਮੇ ਤੇ ਮੁੜ ਵਿਚਾਰ ਹੋ ਸਕਦੀ ਹੈ? ਦੇਖੋ, ਕੋਈ ਕੈਨੇਡਾ ਦੇ ਸੱਜਣਿਆ ਸਾਹਿਬ ਸਿੰਘ ਥਿੰਦ ਜੀ, ਉਹਨਾਂ ਨੇ 102 ਸਾਲ ਪਹਿਲਾਂ ਮੇਰੇ ਖਿਆਲ ਦੇ ਨਾਲ ਉਹ ਜਾਰੀ ਹੋਇਆ ਸੀ ਹੁਕਮਨਾਮਾ ਕਾਬਾ ਕਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਬਾਰੇ, ਉਹਨੂੰ ਠੀਕ ਕਰਨ ਲਈ, ਉਹਨੂੰ ਦਰੁਸਤ ਕਰਨ ਲਈ ਇੱਕ ਦਰਖਾਸਤ ਭੇਜੀ ਹੈ ਅਕਾਲ ਤਖ਼ਤ ਸਾਹਿਬ 'ਤੇ, ਉਹ ਪ੍ਰਵਾਨ ਕਰ ਲਈ ਗਈ ਆ। ਉਹਦੇ 'ਤੇ ਹੁਣ ਵਿਚਾਰ ਹੋਣੀ ਆ। ਇਹ ਸਾਹਿਬ ਸਿੰਘ ਥਿੰਦ ਹੈ ਜਿਹੜੇ, ਉਹ ਕਹਿੰਦੇ ਕਿ ਉਸ ਸਮੇਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ 'ਚ ਕਾਬਾ ਕਾਟਾ ਮਾਰੂ ਦੇ ਜਿਹੜੇ ਮੁਸਾਫਰ ਹੈ ਉਹਨਾਂ ਨੂੰ ਇਹ ਲਿਖਿਆ ਗਿਆ ਸੀ ਕਿ ਇਹ ਸਿੱਖ ਨਹੀਂ ਹਨ ਜੀ। ਔਰ ਇਹ ਇਤਿਹਾਸ ਦੇ ਹਵਾਲੇ 'ਤੇ ਇਹ ਵੀ ਦੱਸਦੇ ਆ ਕਿ ਉਹਨਾਂ ਬਾਰੇ ਹੋਰ ਵੀ ਬਹੁਤ ਕੁਝ ਲਿਖਿਆ ਗਿਆ, ਕਿਤਾਬਾਂ ਦੇ ਕਈਆਂ ਦੇ ਹਵਾਲੇ ਦੱਸਦੇ ਆ ਕਿ ਉਹਨਾਂ ਨੂੰ ਚੋਰ ਡਾਕੂ ਤੱਕ ਵੀ ਕਿਹਾ ਗਿਆ। ਪਰ ਇੱਥੇ ਮਸਲਾ ਜਿਹੜਾ ਉਹ ਸਿਰਫ ਤੇ ਸਿਰਫ ਹੁਕਮਨਾਮੇ ਨੂੰ ਲੈ ਕੇ ਕਿ ਜੋ ਉਹਨਾਂ ਨੂੰ ਸਿੱਖ ਨਹੀਂ ਕਿਹਾ ਗਿਆ। ਹੁਣ ਇਸ ਮੁੱਦੇ 'ਤੇ ਵਿਚਾਰ ਹੋਣੀ ਹੈ, ਅਤੇ ਚੰਗੀ ਗੱਲ ਆ ਕਿ ਜੇਕਰ ਕੈਨੇਡਾ ਵਰਗਾ ਮੁਲਕ ਜਿਹੜਾ ਇੰਨੇ ਸਾਲਾਂ ਬਾਅਦ ਮਾਫ਼ੀ ਮੰਗ ਸਕਦਾ ਹੈ, ਤਾਂ ਫਿਰ ਜੇ ਇੱਥੇ ਕਿਸੇ ਨੇ ਗਲਤੀ ਕੀਤੀ ਹੈ, ਕਿਉਂਕਿ ਦੇਖੋ ਇਤਿਹਾਸ ਹੁੰਦਾ ਨਾ ਜਿਹੜਾ, ਉਹ ਜੱਜ ਹੁੰਦਾ, ਜਿਹੜਾ ਬੰਦਾ ਵਰਤਮਾਨ ਨੂੰ ਕਤਲ ਕਰਦਾ ਫਿਰ ਅੱਗੇ ਭਵਿੱਖ ਦੇ ਵਿੱਚ ਜਾ ਕੇ ਇਤਿਹਾਸ ਉਹਨੂੰ ਸਜ਼ਾ ਦਿੰਦਾ ਹੀ ਦਿੰਦਾ ਹੈ, ਇਹ ਇੱਕ ਨੇਮ ਹੈ। ਸੋ ਇਤਿਹਾਸ ਨੇ ਆਪਣਾ ਕੰਮ ਕਰਨਾ ਹੈ। ਜੇ ਕਿਤੇ ਗਲਤੀ ਹੋਈ ਹੈ, ਅਤੀਤ ਦੇ ਵਿੱਚ ਕਿਸੇ ਨੇ ਗਲਤੀ ਕੀਤੀ ਹੈ, ਵਰਤਮਾਨ ਦੇ ਨਾਲ ਖਿਲਵਾੜ ਕੀਤਾ, ਇਤਿਹਾਸ ਦੇ ਵਿੱਚ ਉਹ ਆਪੇ ਠੀਕ ਹੋ ਜਾਣਾ, ਪਰ ਜੋ ਗਲਤੀ ਧਾਰਮਿਕ ਪੱਖ ਤੋਂ ਹੋਈ ਉਹਨੂੰ ਠੀਕ ਕੀਤਾ ਜਾ ਸਕਦਾ। ਪਰ ਇੱਥੇ ਇੱਕ ਚੀਜ਼ ਦਾ ਜਿਹੜਾ ਉਹ ਹੋਰ ਵੀ ਵਲਫੇਅਰ ਹੈ, ਉਹ ਇਹ ਹੈ ਕਿ ਕੁਛ ਲੋਕਾਂ ਦਾ ਮੰਨਣਾ ਕਿ ਹੁਕਮਨਾਮਾ ਜਾਰੀ ਨਹੀਂ ਸੀ ਹੋਇਆ। ਅਰੂੜ ਸਿੰਘ ਉਸ ਸਮੇਂ ਦਾ ਜਿਹੜਾ ਅੰਗਰੇਜ਼ਾਂ ਦਾ ਸਰਬਰਾਹ ਸੀ, ਉਹਦੇ ਵੱਲੋਂ ਜੋ ਹੁਕਮਨਾਮਾ ਜਾਰੀ ਕੀਤਾ ਦੱਸਿਆ ਜਾਂਦਾ ਹੈ, ਕੁਛ ਲੋਕ ਉਹਨੂੰ ਮੰਨਣ ਤੋਂ ਇਨਕਾਰੀ ਹੈ। ਪਰ ਕੁਛ ਲੋਕ ਅੱਜ, ਕਿਉਂਕਿ ਇਹਦੇ 'ਤੇ ਬੜੀ ਭਖਵੀਂ ਚਰਚਾ ਚੱਲਦੀ ਰਹੀ ਹੈ, ਅਤੇ ਉੱਥੇ ਚਰਚਾ ਦੇ ਵਿੱਚੋਂ ਇਹ ਵੀ ਨਿਕਲ ਕੇ ਆ ਰਿਹਾ, ਕੁਛ ਲੋਕਾਂ ਦਾ ਕਹਿਣਾ ਹੈ ਕਿ 1914 ਨੂੰ ਬੇਸ਼ੱਕ ਇਹ ਹੁਕਮਨਾਮਾ ਜਾਰੀ ਹੋਇਆ ਅਰੂਪ ਸਿੰਘ ਦੀ ਅਗਵਾਈ ਦੇ ਵਿੱਚ ਕਿ ਭਾਈ ਇਹ ਸਿੱਖ ਨਹੀਂ, ਪਰ ਕਹਿੰਦੇ ਕਿ 1920 ਦੇ ਵਿੱਚ ਸ਼ਾਇਦ 12-10 ਦਾ ਦਿਨ ਦੱਸਿਆ ਜਾ ਰਿਹਾ, 12-10-1920 ਦੇ ਵਿੱਚ ਇੱਕ ਇਕੱਠ ਹੋਇਆ। ਉਸ ਇਕੱਠ ਦੇ ਵਿੱਚ, ਖਾਲਸਾਈ ਇਕੱਠ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਿਉਂਕਿ ਅਰੂਪ ਸਾਹਿਬ ਹੈ ਜਿਹੜਾ, ਅਰੂਪ ਸਿੰਘ ਹੈ ਜਿਹੜਾ, ਉਹ ਸਿੱਖ ਸਿਧਾਂਤਾਂ 'ਤੇ ਖਰਾ ਨਹੀਂ ਉਤਰਦਾ, ਉਹਦਾ ਜਿਹੜਾ ਫੈਸਲਾ ਉਹ ਰੱਦਿਆ ਜਾਂਦਾ, ਅਤੇ ਇਹ ਜਿਹੜੇ ਕਾਬਾ ਕਾਟਾ ਮਾਰੂ ਦੇ ਮੁਸਾਫਰ ਆ
ਇਹਨਾਂ ਬਾਰੇ ਜੋ ਹੁਕਮਨਾਮਾ ਜਾਰੀ ਕੀਤਾ ਜਾਂਦਾ ਉਹਨੂੰ ਰੱਦ ਸਮਝਿਆ ਜਾਵੇ ਜਾਂ ਨਹੀਂ, ਇਹ ਸਿੱਖ ਨੇ ਅਤੇ ਸਿੱਖੀ ਨੂੰ ਪਰਨਾਏ ਨੇ। ਇਹ ਇਤਿਹਾਸ ਦੇ ਵਿੱਚ ਵੀ ਦਰਜ ਆ ਕਿ ਜਦੋਂ ਗ੍ਰਿਫਤਾਰੀਆਂ ਹੋਈਆਂ ਉਸ ਤੋਂ ਬਾਅਦ ਵੀ ਇਹਨਾਂ ਦੇ ਵਿੱਚੋਂ ਕੁਛ ਲੋਕ ਸਨ ਜਿਨ੍ਹਾਂ ਨੇ ਜੇਲ੍ਹ ਦੇ ਅੰਦਰ ਜਾ ਕੇ ਸਿੱਖੀ ਸਿੱਧ ਕੇ ਜਿਹੜਾ ਉਹ ਆਪਣੇ ਤਸ਼ੱਦਦ ਝੱਲ ਕੇ ਵੀ ਨਿਭਾਇਆ। ਕੌਣ ਭੁੱਲ ਸਕਦਾ, ਇਸ ਚੀਜ਼ ਤੋਂ ਤਾਂ ਕੋਈ ਭੱਜ ਨਹੀਂ ਸਕਦਾ। ਪਰ ਜੇ 1920 ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਵਾਲਾ ਮਿਲ ਜਾਂਦਾ ਇਤਿਹਾਸ ਦੇ ਵਿੱਚ ਦਰਜ ਆ, ਤਾਂ ਮੇਰੇ ਖਿਆਲ ਦੇ ਨਾਲ ਫਿਰ ਨੌਬਤ ਇੱਥੋਂ ਤੱਕ ਨਹੀਂ ਜਾਏਗੀ। ਹਾਂ, ਇੰਨਾ ਜ਼ਰੂਰ ਆ ਕਿ ਜੇ ਦੁਬਾਰਾ ਤੋਂ ਜ਼ਰੂਰਤ ਪੈਂਦੀ ਹੈ, ਪੰਜ ਸਿੰਘ ਸਾਹਿਬਾਨ ਵਿਚਾਰ ਕਰ ਲੈਂਦੇ ਆ, ਜੇ ਜ਼ਰੂਰਤ ਪੈਂਦੀ ਹੈ ਤਾਂ ਦੁਬਾਰਾ ਤੋਂ ਵੀ ਇਹ ਹੁਕਮਨਾਮਾ ਜਾਰੀ ਹੋ ਸਕਦਾ। ਜੇ ਕਿਤੇ ਇਤਿਹਾਸ ਦੇ ਵਿੱਚ ਤਰੁੱਟੀ ਹੈ ਤਾਂ ਮੇਰੇ ਖਿਆਲ ਦੇ ਨਾਲ ਠੀਕ ਕਰਨ ਦਾ ਵਕਤ ਆ ਗਿਆ, ਵਿਚਾਰ ਕਰ ਲੈਣੀ ਚਾਹੀਦੀ ਹੈ ਅਤੇ ਵਿਚਾਰ ਹੈ ਜਿਹੜੀ ਖੁੱਲ੍ਹੇ ਰੂਪ ਦੇ ਵਿੱਚ ਹੋਣੀ ਚਾਹੀਦੀ। ਜੀ ਜੀ, ਅਤੇ ਮਿੰਟੂ ਜੀ, ਜਾਂਦੇ ਜਾਂਦੇ ਚੋਣ ਸਰਗਰਮੀਆਂ। ਚੋਣ ਸਰਗਰਮੀਆਂ ਪੂਰੀਆਂ ਪੱਖੀਆਂ ਪਈਆਂ ਜੀ, ਮੈਂ ਲਾਲੋ ਲਾ ਲਿਆ ਚੋਣ ਸਰਗਰਮੀਆਂ ਦੇ ਵਿੱਚ ਮਾਰਾ ਮਾਰਿਆ, ਅਤੇ ਇਸੇ ਮਾਰੋ ਮਾਰ ਦੇ ਵਿੱਚ ਹੀ ਅੱਜ ਫਰੀਦਕੋਟ ਥਾਣੇ ਦੇ ਵਿੱਚ ਇੱਕ ਭਾਣਾ ਵਾਪਰ ਗਿਆ। ਫਰੀਦਕੋਟ ਥਾਣੇ ਦੇ ਅੱਗੇ ਜੈਤੋ ਤੋਂ ਕੋਈ ਆਜ਼ਾਦ ਉਮੀਦਵਾਰ ਹੈ, ਉਹਦਾ ਗਨਮੈਨ ਖੜਾ ਸੀ। ਦੋ ਲਟੇਰੇ ਆਏ, ਉਹਨਾਂ ਨੇ ਪਹਿਲਾਂ ਤਾਂ ਗੱਲਬਾਤ ਕੀਤੀ, ਮੁੜ ਕੇ ਦੋ ਧੌਣ ਚ ਮਾਰੀਆਂ, ਉਹਦੀ ਰਫਲ ਲੈ ਕੇ ਖੋ ਕੇ ਭੱਜ ਗਏ ਆ। ਹੁਣ ਲੋਕੀ ਕਹੀ ਜਾਂਦੇ ਆ ਕਿ ਭਾਈ ਉਮੀਦਵਾਰਾਂ ਦੇ ਜਿਹੜੇ ਗਨਮੈਨ ਆ, ਇਹਨਾਂ ਗਨਮੈਨਾਂ ਨੂੰ ਵੀ ਕੋਈ ਗਨਮੈਨ ਦਿਓ, ਕਿਉਂਕਿ ਇਹਨਾਂ ਕੋਲ ਤਾਂ ਆਪਦੀਆਂ ਰਫਲਾਂ ਨਹੀਂ ਸੰਭਾਲੀਆਂ ਜਾਂਦੀਆਂ। ਅਤੇ ਉੱਧਰ ਪੁਲਿਸ ਵਾਲੇ ਕਈ ਉਹ ਕਹਿੰਦੇ ਕਿ ਸ਼ੁਕਰ ਆ ਸਾਡਾ ਇਹੋ ਜਿਹਾ ਹੀਰਾ ਹੌਲਦਾਰ ਚੁੱਕ ਕੇ ਨਹੀਂ ਲੈ ਗਏ ਨਾਲ, ਮੁੜ ਕੇ ਅਸੀਂ ਕਿੱਥੋਂ ਲੱਭਦੇ ਫਿਰਦੇ। ਸੋ ਇਹੋ ਜਿਹੇ ਹਾਲ ਚੋਣਾਂ ਦੇ ਵਿੱਚ ਬਣੇ ਪਏ ਆ। ਦੂਜੇ ਪਾਸੇ ਜੇ ਗੱਲ ਕਰੀਏ ਤੇ ਮੰਗਲ ਸਿੰਘ ਸੰਧੂ ਤੁਸੀਂ ਜਾਣਦੇ ਹੋਵੋਗੇ, ਜਿਹੜਾ ਖੇਤੀਬਾੜੀ ਡਾਇਰੈਕਟਰ ਹੋਇਆ ਕਰਦਾ ਸੀ, ਮੁੜ ਕੇ ਮੰਗਲ ਨੂੰ ਕਾਨੂੰਨੀ ਸੰਗਲ ਪੈ ਗਿਆ ਸੀ। ਉਸ ਮੰਗਲ ਦੇ ਅਸੀਂ ਘਰ ਦੇ ਮੋਹਰ ਦੀ ਲੰਘੇ ਤੇ ਉੱਥੇ ਤਿਰੰਗਾ ਝੰਡਾ ਝੂਲਦਾ ਪਿਆ ਸੀਗਾ, ਤਿਰੰਗਾ ਝੰਡਾ ਝੂਲਦਾ ਵੇਖ ਕੇ ਤੇ ਅਸੀਂ ਖੜ ਕੇ ਤੇ ਪਤਾ ਕੀਤਾ ਪਿੰਡ ਚ, ਕਹਿੰਦੇ ਮੰਗਲ ਸਿੰਘ ਜੀ ਦਾ ਪਰਿਵਾਰ ਜੱਦੀ ਪੁਸ਼ਤੀ ਪਰਿਵਾਰ, ਕਿਉਂਕਿ ਇਹਦੇ ਦਾਦੇ ਨੇ ਗੁਰਦਾਸ ਬਾਦਲ ਦਾ ਕਿਸੇ ਸਮੇਂ 1978 ਚ ਬੂਥ ਲਵਾਇਆ ਸੀ ਪਿੰਡ ਦੇ ਵਿੱਚ, ਇਹ ਪਰਿਵਾਰ ਹੀ ਕਾਂਗਰਸੀ ਹੋ ਗਿਆ। ਕਾਂਗਰਸੀ ਕਿਉਂ ਹੋ ਗਿਆ ਉਹ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਚਾਹੁੰਦੇ ਸੀ ਉਹ ਹੋਇਆ ਨਹੀਂ, ਤੇ ਜੋ ਹੋਇਆ ਉਹ ਇਹ ਚਾਹੁੰਦੇ ਨਹੀਂ ਸੀ। ਦੂਜੇ ਪਾਸੇ ਸੰਗਤ ਸਿੰਘ ਗਿਲਜੀਆਂ, ਜਿਹੜਾ ਕਿ ਟਾਂਡਾ ਤੋਂ ਉਮੀਦਵਾਰ ਹੈ ਕਾਂਗਰਸ ਦਾ, ਸ਼ਰਾਬ ਦੇ ਕੇਸ ਦੇ ਵਿੱਚ ਇਹਦਾ ਨਾਮ ਆਇਆ ਸੀ, 27 ਪੇਟੀਆਂ ਦਾਰੂ ਫੜੀ ਗਈ ਸੀ ਉਹਦੇ ਵਿੱਚ, ਪੁਲਿਸ ਨੇ ਹੁਣ ਇਹਨੂੰ ਪਰਚੇ ਚੋਂ ਬਾਹਰ ਕਰ ਦਿੱਤਾ ਹੈ। ਯਾਨੀ ਸੰਗਤ ਸਿੰਘ ਗਿਲਜੀਆਂ ਜਿਹੜਾ ਉਹ ਇਸ ਪਰਚੇ ਦੇ ਵਿੱਚ ਹੁਣ ਪੁਲਿਸ ਵੱਲੋਂ ਜਿਹੜਾ ਨਾਮਜ਼ਦ ਨਹੀਂ ਕੀਤਾ, ਯਾਨੀ ਉਹਨੂੰ ਵਿਦਾਗ ਕਰਾਰ ਦਿੱਤਾ ਗਿਆ। ਦੂਜੇ ਪਾਸੇ ਜਨਮੇਜਾ ਸਿੰਘ ਸੇਖੋਂ ਦੀ ਇੱਕ ਸਭਾ ਹੋਣ ਡਈ ਸੀ, ਸਭਾ ਦੇ ਲਾਗੇ ਮੋੜ ਦੇ ਵਿੱਚ ਲਿਆ ਕੇ ਕਿਸੇ ਨੇ ਵਾਰਾ ਪਸ਼ੂ ਛੱਡ ਦਿੱਤੇ, ਨਿਸ਼ਾਨਾ ਬਣਾ ਕੇ ਕਿਹਾ ਆਪੇ ਇਹਨਾਂ ਨੂੰ ਵੀ ਪਤਾ ਹੋਵੇ ਕਿ ਵਾਰਾ ਪਸ਼ੂਆਂ ਦਾ 10 ਸਾਲ ਅਸੀਂ ਦੁੱਖ ਕਿਵੇਂ ਚੱਲਿਆ, ਤੇ ਗਊ ਸੈਸ ਵੀ ਲਾ ਕੇ ਬਹਿ ਗਏ, ਪਰ ਉਹ ਜਿਹੜਾ ਸਾਡੇ ਗੱਲ ਸਿਆਪਾ ਪਿਆ ਉਹ ਪਿਆ ਦਾ ਪਿਆ ਹੀ ਹੈ। ਸੋ ਜਦੋਂ ਉੱਧਰ ਨੂੰ ਪਸ਼ੂ ਹੋਏ ਤੇ ਮੁੜ ਕੇ ਫਿਰ ਜਿਨ੍ਹਾਂ ਨੇ ਛੱਡੇ ਸੀ ਉਹਨਾਂ ਦੇ ਨਾਲ ਵੀ ਟਾਕਰਾ ਹੋ ਗਿਆ। ਹੁਣ ਲੋਕੀ ਇਸ ਗੱਲ ਤੋਂ ਚਿੰਤਤ ਆ ਕਿ ਅੱਜ ਇਹਨਾਂ ਨੇ ਪਸ਼ੂ ਛੱਡੇ ਆ, ਜੇ ਕੱਲ ਨੂੰ ਅਕਾਲੀਆਂ ਨੇ ਕਿਤੇ ਇਹਨਾਂ ਦੀ ਰੈਲੀ ਰੂਲੀ ਚ ਡੂਮਣਾ ਛੱਡ ਦਿੱਤਾ ਫਿਰ ਕੀ ਬਣੂ। ਸੋ ਬਹੁਤ ਇਹ ਚਰਚਾਵਾਂ ਜਿਹੜੀਆਂ ਇਹੋ ਜਿਹੀਆਂ ਚੱਲੀ ਜਾਂਦੀਆਂ। ਦੂਜੇ ਪਾਸੇ ਸੋਸਾਇਟੀਆਂ ਦੇ ਵਿੱਚੋਂ, ਕਿਉਂਕਿ ਆਮ ਤੌਰ ਤੇ ਹੁਣ ਕਣਕਾਂ ਨੂੰ ਖਾਦ ਪੈਂਦੀ ਹੈ, ਸਪਰੇਅ ਹੁੰਦੀ ਆ, ਉਹ ਕਿਸਾਨ ਜਾ ਕੇ ਸੋਸਾਇਟੀਆਂ ਚੋਂ ਲੈਂਦੇ ਆ, ਪਿੰਡਾਂ ਦੀਆਂ ਸੋਸਾਇਟੀਆਂ ਚੋਂ ਲੈਂਦੇ ਆ, ਉੱਥੇ ਵੀ ਇਹਨਾਂ ਦੇ ਲਾਡ ਬੈਠੇ ਆ, ਲਾਡਲੇ ਬੈਠੇ ਆ, ਉਹ ਕਹਿੰਦੇ ਕਿ ਭਾਈ ਤੁਹਾਡਾ ਲੋਨ ਜਾਂ ਜਿਹੜੀ ਤੁਹਾਡੀ ਇਹ ਖਾਦ ਸਪਰੇਅ ਆ ਸੈਂਕਸ਼ਨ ਤਾਂ ਕਰਾਂਗੇ ਜੇ ਤੁਸੀਂ ਵੋਟ ਕਾਲੀਆਂ ਨੂੰ ਪਾਓਗੇ। ਸੋ ਸੌਦੇਬਾਜ਼ੀ ਉੱਥੇ ਵੀ ਹੋਈ ਜਾਂਦੀ ਆ, ਹਰੇਕ ਪੱਧਰ ਤੇ ਮਾਰੋ ਮਾਰਿਆ। ਮੇਰੇ ਖਿਆਲ ਦੇ ਨਾਲ ਇਹ ਚੋਣ ਆ ਜਿਹੜੀ ਜਿਵੇਂ ਜਿਵੇਂ ਗਾਂਹ ਨੂੰ ਵੱਧਦੀ ਜਾਂਦੀ ਆ, ਉਵੇਂ ਉਵੇਂ ਸਾਨੂੰ ਨਵੇਂ ਤੇ ਨੀਚ ਰੰਗ ਵਿਖਾਈ ਜਾਂਦੇ ਆ। ਜੀ ਜੀ ਬਿਲਕੁਲ, ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।